ਇਹ ਲੱਗੇ ਪਿੰਡ ਜੀ ਕੇ ਆਦਮ ਕੇ ਜਾਮ ਕੇ ਸੱਜੋ ਕੀ ਸੰਭਰੇ ਆਲ ਮੂਲੋ ਵਾਲੀ ਤੇ ਮੂਲੋ ਵਾਲੀ ਫਰਲੀਆਂ ਵਾਲੀ ਮਾਨਪੁਰ ਕਮਾਲਪੁਰ ਮਨੋ ਸਾਡਾ ਐਡਵਾਰਸਰ ਜੀ ਦਾ ਮੇਲਾ ਰਾਮ ਇੰਗਲਿਸ਼ ਟੀਚਰ ਜੀ ਦਾ ਦੀਵਾਨ ਚੰਦ ਮੈਥ ਦਾ ਟੀਚਰ ਜੀ ਦਾ ਚੌਧਰੀ ਬਰਨਾਤ ਤੇ ਉਰਦੂ ਦਾ ਜੀ ਦਾ ਪਿਆਰੇ ਲਾਲ ਤੇ ਪ੍ਰਿੰਸੀਪਲ ਦਾ ਨਾਮ ਯਾਦ ਆ ਰਿਹਾ ਉਹਦਾ ਨਾਮ ਸੀਗਾ ਡੀ ਲੈਸਲੀ ਸਖਾਰ ਅੱਛਾ ਜੀ ਅੰਗਰੇਜ਼ੀ ਦਾ ਅੰਗਰੇਜ਼ੀ ਦਾ ਤੇ ਇੰਗਲਿਸ ਦਾ ਜਿਆਦਾ ਸੀਗਾ ਪ੍ਰਾਜੈਲ ਉਹ ਵੀ ਰੇਤੀਗਾ ਉਹਦੇ ਬਜ਼ੁਰਗ ਸੀਗੇ ਅੱਛਾ ਜੀ ਉਹ ਵੀ ਚੀਜ਼ ਨਹੀਂ ਸੀਗੇ ਮਤਲਬ ਜਿਹੜੇ ਸਿੱਖਾਂ ਤੋਂ ਕਨਵਰਟ ਹੋ ਗਏ ਮੁਸਲਮਾਨ ਜਿਹੜੇ ਬਣੇ ਹਾਂ ਉਹ ਵੀ ਚੀਜ਼ ਨਹੀਂ ਸੀਗੇ ਅੱਛਾ ਜੀ ਸਾਡੇ ਪਿੰਡ ਦਾ ਨਵੀਂ ਜੰਗ ਸੀਗਾ ਮਮਸ਼ੀ ਸੀਗਾ ਉਹ ਵੀ ਥੀਮੇ ਸੀ ਤੇ ਮੰਮਰ ਸ਼ੇਬੀ ਜਿਹੜਾ ਜਿਮਾ ਸੀ ਨਾ ਇਹਦਾ ਲੜਕਾ ਉਹਨਾਂ ਦੇ ਨਾਲ ਸੀਗਾ ਇਹ ਤੇ ਗੁਰਦਾਸਪੁਰ ਡੀਸੀ ਲਗਾਇਆ ਅੱਛਾ ਜੀ ਇਹ ਥੋੜਾ ਹਾਲਾਤ ਖਰਾਬ ਹੋ ਗਿਆ ਜੀ ਨੂੰ ਇਸ ਤੋਂ ਛੱਡ ਕੇ ਜਾਣਾ ਪਿਆ ਹਾਂ ਇਹਨੇ ਜਾ ਕੇ ਆਪਣੇ ਅੱਬਾ ਨੂੰ ਕਿਹਾ ਅੱਬਾ ਜਾਨ ਕਿ ਸਰਦਾਰ ਲੋਕ ਇੱਥੇ ਨਹੀਂ ਰਹਿ ਸਕਦੇ ਤੇ ਮੈਂ ਇਥੋਂ ਜਾਂਦਾ ਪਿਆ ਹਰਾਨ ਹੋ ਗਏ ਉਹ ਡੱਗਾ ਡੱਗਾ ਜਿਹੜਾ ਮਰ ਗਿਆ ਨਾ ਸਾਡੇ ਪਿਤਾ ਜੀ ਨੇ ਕਿਸੇ ਕसाई ਨੂੰ ਦਿੱਤਾ ਉਹ ਨੂੰ ਆਪਣੇ ਵੇਲੀ ਦੇ ਵਿੱਚ ਚੋਇਆ ਪੁੱਟ ਕੇ ਰਾ ਉੱਥੇ ਧਰ ਦਿੱਤਾ ਕਿਉਂਕਿ ਇਹਦੀ ਕੁੜੀ ਖਾਦੀ ਹੈ ਨਹੀਂ ਇਹਦੀ ਖਾਲੀ ਲੋਣ ਰਾਤ ਨੂੰ ਘਰ ਛੱਡ ਕੇ ਨਾ ਪਿੰਡ ਦੇ ਵਿੱਚਕਾਰ ਇਹ ਵੱਡਾ ਸਾਰਾ ਘਰ ਸੀਗਾ ਤਕਰੀਬਨ ਸਾਰੇ ਅਸੀਂ ਉਸ ਘਰ ਤੇ ਰਾਤ ਨੂੰ ਆ ਗਏ ਸਾਨੂੰ ਉਸ ਰਾਤ ਨੂੰ ਮੁਸਲਮਾਨਾਂ ਦੀਆਂ ਆਵਾਜ਼ਾਂ ਜਿਨ੍ਹਾਂ ਨੇ ਢਾਹ ਕਰਨੀਆਂ ਸੀਆਂ ਸਾਨੂੰ ਆਵਾਜ਼ਾਂ ਸੁਣਦੀਆਂ ਸੀਗਾ ਨਾਰੇ ਜਦਾਂ ਲੋਗ ਦੇ ਨਾਰੇ ਲੱਗਦਾ ਸੀਗੇ ਪਾਕਿਸਤਾਨ ਜਿੰਦਾਬਾਦ ਉਹਨਾਂ ਦੀ ਲੇਕਰ ਹਿੰਮਤ ਨਹੀਂ ਪਈ ਸਾਡੇ ਪਿੰਡ ਦੇ ਵਿੱਚ ਦਾਖਲ ਹੋਣਗੇ ਦਿਨ ਚੜਿਆ ਫੇਰ ਸਾਨੂੰ ਕੋਸੇਰਾ ਪਤਾ ਲੱਗਾ ਉਹਨੇ ਕਿ ਆਪਨਾ ਜਹਦਰ ਨੇ ਤੁਹਾਨੂੰ ਜਾਣਾ ਪੈਣਾ ਹੈ ਕਿ ਕਿ ਸਿਕਾਇ ਜੇ ਜੀ ਮੈਂ ਆਸੀ ਮਾਂ ਆਪਨੀ ਉੱਥੇ ਛੱਡ ਆਇਆ ਅੱਛਾ ਜੀ ਰਾਤ ਨੂੰ ਮੁਰਸੂ ਬਣਾਣਾ ਮੈਂ ਬਾਹਰ ਨੂੰ ਮਿਲਵਾ ਕੇ ਜਾਣਾ ਜਾ ਕੇ ਮਿਲਣਾ ਜੋ ਖੁਸ਼ ਹੋ ਰਾ ਉਹਦੀ ਗੱਲ ਕਰਨੀ ਤੇ ਮਾਂ ਨੇ ਕਹਿਣਾ ਪੁੱਤਰ ਰੋ ਮੈਂ ਕੱਬ ਦੇ ਦੇ ਜੀ ਮੈਂ ਸ਼ਾਂਤ ਆ ਕੇ ਮੈਂ ਬਾਹਰ ਕ੍ਰਾਸ ਕਰਨਾ ਮੈਂ ਰਹਿ ਲਈ ਸਕੇ ਨੇ ਮੈਂ ਆ ਜਾ ਰਹਾ ਬੜੀ ਬਾਰੀ ਮੈਂ ਸਰਾ ਰਾਤੂ ਜਾਂਦਾ ਰਿਹਾ ਸੌਰ ਬਾਤਾਂ ਨੂੰ ਮਿਲਨ ਆਇਆ ਇੱਕ ਵਾਰ ਫਿਰ ਵਾਖੀਰ ਜੇ ਇੱਕ ਵਾਰ ਜਲ ਗਿਆ ਮੈਂ ਉਹ ਦੇਖਿਆ ਮਾਤਾ ਮੇਰੀ ਬਿਮਾਰ ਹੈ ਬੇਹੋਸ਼ ਪਈ ਹੋਈ ਹੈ ਬੋਲ ਵੀ ਨਹੀਂ ਸਕਦੀ ਮੈਂ ਫਿਰ ਉਸ ਘਰ ਵਾਲ ਨੂੰ ਵਖਿਆ ਬਹਿ ਕੇ ਭਾਈ ਤੁਸੀਂ ਥੋੜਾ ਬਾਕ ਮੇਕੋ ਲੈ ਲਓ ਜੇ ਅੰਤ ਹੋ ਜਾਏ ਸਿਕਾਰ ਕਰ ਦੇਣਾ ਹੈ ਕਿ ਮੈਂ ਕਰਕੇ ਉਹ ਤੋਂ ਬਾਅਦ ਮੁੰਨ ਨੂੰ ਫਿਰ ਕੋਈ ਮਾਨ ਨਹੀਂ ਮਾ ਮਾਵੇਂ ਹੁੰਦੀ ਹੈ ਬਿਲਕੁਲ ਤੇ ਸਾਜ ਮੈਨੂੰ ਮਿਲਿਆ ਪਰ ਥੁਵਾ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਤੇ ਅੱਜ ਅਸੀਂ ਫੇਰ ਆਏ ਆ ਜੀ ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਤੇ ਬਜ਼ੁਰਗ ਨੇ ਜੀ ਸਾਡੇ ਨਾਲ ਤੇ ਕਰਦੇ ਆ ਜੀ ਇਹਨਾਂ ਨਾਲ ਵੀ 1947 ਦੀਆਂ ਜਿਹੜੀਆਂ ਨੀਆਂ ਯਾਦਾਂ ਟਾਡੇ ਨਾਲ ਸਾਂਝੀਆਂ ਕਿੱਥੋਂ ਉੱਠ ਕੇ ਆਏ ਨੇ ਕਿਹਨਾ ਹਾਲਾਤਾਂ ਦੇ ਵਿੱਚ ਆਏ ਨੇ ਬਜ਼ੁਰਗਾਂ ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਬਾਬਾ ਜੀ ਕੀ ਨਾਂ ਤੁਹਾਡਾ ਜੀ ਜਰਨੈਲ ਸਿੰਘ ਤੇ ਪਿਤਾ ਦਾ ਜੀ ਹਾਂ ਪਿਤਾ ਦਾ ਪਿਤਾ ਦਾ ਨਾਂ ਜਗਤ ਸਿੰਘ ਦਾਦੇ ਦਾ ਹੀ ਪਤਾ ਜੱਜੇ ਦਾ ਨਾਂ ਨਰੰਗ ਸਿੰਘ ਅੱਛਾ ਜੀ ਫਿਰ ਦਾਲਾ ਪੁੱਛ ਲਓ ਦੱਸ ਉਹਦਾ ਨਾਂ ਆ ਗਿਆ ਚੰ다 ਸਿੰਘ ਚੰ다 ਸਿੰਘ ਇੱਥੋਂ ਤੱਕ ਯਾਦ ਆ ਬੇਲੋ ਅੱਛਾ ਬਰਾਦਰੀ ਕਿਹੜੀ ਆਪਣੀ ਬਰਾਦਰੀ ਆਪਣੀ ਜੀਮਾ ਬਰਾਦਰੀ ਜੱਟ ਜੀਮੇ ਆ ਨਾ ਜੱਟ ਜੀਮੇ ਅੱਛਾ ਬਾਬਾ ਇਹ ਪਿੰਡ ਦੇ ਲੋਕਲ ਵਿਛਿੰਦੇ ਆ ਕਿ ਉਧਰੋਂ ਆਏ ਆ ਹਾਂਜੀ ਨਾ ਨਾ ਅਸੀਂ ਤਾਂ ਉਧਰੋਂ ਆਏ ਆ ਉਧਰੋਂ ਆਏ ਆ ਨਾ ਹਾਂ ਕਿਹੜਾ ਪਿੰਡ ਸੀਗਾ ਸਾਹੋ ਵਾਲਾ ਸਾਹੋ ਵਾਲਾ ਹਾਂ ਤੇ ਤਹਿਸੀਲ ਉਹਦੀ ਸਹੀ ਦਸਕਾ ਤੇ ਜ਼ਿਲ੍ਹਾ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਹਨਾ ਹਾਂ ਇਹ ਜਿਹੜਾ ਤੁਹਾਡਾ ਪਿੰਡ ਆ ਸਾਹੋ ਵਾਲ ਕਿੱਥੇ ਕਿ ਪਿੰਦਾ ਸੀ ਇਹ ਇਹ ਪਿੰਡ ਆ ਸੀਗਾ ਸਿਆਲਕੋਟ ਤੋਂ 15 ਕਿਲੋਮੀਟਰ ਦਸਕੇ ਸਾਈਡ ਨੂੰ ਦਸਕੇ ਸਾਈਡ ਨੂੰ ਅੱਛਾ ਜੀ ਹਾਂ ਤੇ ਇਹੇ ਲਾਗੇ ਲਾਗੇ ਪਿੰਡ ਕਿਹੜੇ ਕਿਹੜੇ ਸੀਗੇ? ਇਹ ਲਾਗੇ ਪਿੰਡ ਸੀਗੇ ਆਦਮ ਕੇ, ਜਾਮ ਕੇ, ਸੱਜੋ ਕੀ, ਸੰਬੜੇ ਆਲ, ਮੂਲੋ ਵਾਲੀ ਤੇ ਮੂਲੋ ਵਾਲੀ ਗੱਡੀਆਂ ਵਾਲੀ ਮਾਨਪੁਰ, ਕਮਾਲਪੁਰ। ਅੱਛਾ ਜੀ। ਤੇ ਬਾਬਾ ਜੀ ਜਦੋਂ 47 ਦੇ ਵਿੱਚ ਕਿੰਨੀ ਉਮਰ ਸੀ ਤੁਹਾਡੀ? 18 ਸਾਲ। ਐ ਤਗੜੇ ਸੀਗੇ ਜਵਾਨ ਹੈ। ਬਿਲਕੁਲ। ਅੱਛਾ ਜੀ ਮਤਲਬ ਸਭ ਕੁਝ ਪਤਾ ਵੀ ਕਿਦਾਂ ਉਠੇ ਕਿਦਾਂ ਨਹੀਂ ਹੈ ਨਾ? ਸਭ ਕੁਝ। ਅੱਛਾ ਪੜੇ ਵੀ ਬਾਬਾਈ ਹਾਂ ਬਿਲਕੁਲ ਕਿੰਨਾ ਪੜੇ ਜੀ ਮੈਂ ਪੜਿਆ ਆ ਉਦੋਂ ਹੁੰਦੀ ਸੀ ਐਫਏ ਜਿਹਨੂੰ ਕਹਿੰਦੇ ਨੇ ਫੈਕਲਟੀ ਆਫ ਆਰਸ ਮੈਂ ਫੈਕਲਟੀ ਦੇ ਸੈਕੰਡਰੀਅਰ ਸੀਗਾ ਜਰੂਰੀ ਪਾਠੀ ਸੀ ਹੋ ਗਈ ਅੱਛਾ ਜੀ ਤੇ ਕਿਹੜੇ ਪੜੇ ਕਿੱਥੇ ਕਿੱਥੇ ਤੁਸੀਂ ਪਹਿਲਾਂ ਮੈਂ ਪੜਿਆ ਆਪਣੇ ਪਿੰਡੀ ਚਾਰਜ ਮਾਤਾ ਹੂੰ ਉਸ ਤੋਂ ਬਾਅਦ ਫਿਰ ਪਹਾੜ ਵਾਲਾ ਸੀਗਾ ਉੱਥੇ ਹਾਈ ਸਕੂਲ ਉੱਥੇ ਫਿਰ ਪੰਜਵੀਂ ਤੋਂ ਲੈ ਕੇ ਦਸਵੀਂ ਤੱਕ ਹੋ ਤੇ ਹਾਈ ਸਕੂਲ ਤੀਤਾ ਤੇ ਉਰਦੂ ਹੀ ਤਕਰੀਬਨ ਪਹਿਲਾਂ ਚੱਲਦਾ ਸੀਗਾ ਪਹਿਲਾਂ ਉਰਦੂ ਸੀਗਾ ਪੰਜਾਬੀ ਉਦੋਂ ਹਾਈ ਹੀ ਸੀ ਅੱਛਾ ਜੀ ਹਾਂ ਜੀ ਮਤਲਬ ਜਦੋਂ ਤੁਸੀਂ ਪੜ੍ਹਦੇ 18 ਸਾਲ ਤੱਕ ਉਰਦੂ ਹੀ ਪੜ੍ਹਦੇ ਸਾਰਾ ਹਨਾ ਉਰਦੂ ਆ ਉਰਦੂ ਤੇ ਅੰਗਰੇਜ਼ੀ ਅੱਛਾ ਜੀ ਤੇ ਜਿਹੜੇ ਤੁਹਾਨੂੰ ਆਪਣੇ ਟੀਚਰ ਪੜ੍ਹਾਉਂਦੇ ਹੁੰਦੇ ਸੀ ਮਾਸਟਰ ਤੁਹਾਨੂੰ ਪਤਾ ਉਹਨਾਂ ਦੇ ਮਨੂੰ ਸਾਡਾ ਹੈੱਡ ਮਾਸਟਰ ਸੀਗਾ ਮੇਲਾ ਰਾਮ ਇੰਗਲਿਸ਼ ਟੀਚਰ ਸੀਗਾ ਦੀਵਾਨ ਚੰਦ ਮੈਥ ਦਾ ਟੀਚਰ ਸੀਗਾ ਚੌਧਰੀ ਦਰਨਾਥ ਹਾਂ ਜੀ ਇਹ ਉਰਦੂ ਅਸੀਗਾ ਪਿਆਰੇ لال ਪਿਆਰੇ لال ਇਹ ਕਾਲਜ ਚ ਪੜਾਉਂਦੇ ਸੀ ਕਿ ਸਕੂਲ ਦੇ ਵਿੱਚ ਇਹ ਸਕੂਲ ਵਿੱਚ ਅੱਛਾ ਜੀ ਹੂੰ ਤੇ ਜਿਹੜੇ ਸਕੂਲ ਦੇ ਤੁਹਾਡੇ ਮਿੱਤਰ ਸੀਗੇ ਹਾਂਜੀ ਉਹਨਾਂ ਦੇ ਵੀ ਨਾਂ ਵੜਾ ਉਹਨਾਂ ਨਾਲ ਇੱਕ ਤੇ ਸੀਗੇ ਆ ਸਾਧੂ ਸਿੰਘ ਇਹਨਾਂ ਦੇ ਡੈਡੀ ਹਾਂ ਤੇ ਇੱਕ ਸੀਗਾ ਪ੍ਰਥੀਪਾਲ ਸਿੰਘ ਇੱਕ ਸੀਗਾ ਸਰਜੀਤ ਸਿੰਘ ਇੱਕ ਸੀਗਾ ਤੋਂ ਦਾ ਪ੍ਰਭਾਵ ਵਾਲੇਦਾਰ ਰਸ਼ੀਦ ਅਕਤਰ ਇੱਕ ਅਬਦੁਲ ਗਣੀ ਇੱਕ ਸੀਗਾ ਪ੍ਰਥੀਪਾਲ ਸਿੰਘ ਆਪਣੇ ਫਿਰ ਦਾਈ ਸਵਾਲ ਇਹ ਦਾ ਹਾਂ ਇਹ ਮਤਲਬ ਪਿੰਡ ਦੇ ਸੀਗੇ ਸਾਰੇ ਨਾ ਦੋ ਸੀਗੇ ਜਿਹੜੇ ਸੀ ਡਾਕਟਰ ਉਹ ਭਾਵਲ ਦਾ ਤੇ ਅਬਦੁਲ ਗਰੇ ਵੀ ਭਾਵਲ ਦਾ ਹੂੰ ਸਾਡੇ ਬਹੁਤ ਪਿਆਰੇ ਮਿੱਤਰ ਸੀਗੇ ਅੱਛਾ ਜੀ ਤੇ ਜਦੋਂ ਤੁਸੀਂ ਕਾਲਜ ਚ ਆਏ ਹਾਂ ਨਾ ਤਾਂ ਕਾਲਜ ਵਿੱਚ ਕਿਹੜੇ ਮਤਲਬ ਪੜਾਉਂਦੇ ਸੀਗੇ ਤੁਹਾਨੂੰ ਕਾਲਜ ਵਿੱਚ ਸੀਗੇ ਸਹਿ ਜਿਹੜੀ ਸੀ ਨਾ ਇੰਗਲਿਸ਼ ਅੱਛਾ ਬਬਾ ਜੀ ਜਿਹੜਾ ਪੜੇ ਕਿੱਥੇ ਆ ਤੁਸੀਂ ਡਿਸਕ ਤਾ ਵਾਲੇ ਨਹੀਂ ਜਿਹੜੋਂ ਤੁਸੀਂ ਕਾਲਜ ਦੇ ਵਿੱਚ ਗਏ ਆਂ ਘਰ ਜੇ ਗਏ ਨਾ ਉਦੋਂ ਸੀਗਾ ਆਰੀਆ ਹਾਈ ਸਕੂਲ ਪਪਾਲ ਵਾਲਾ ਅੱਛਾ ਜੀ ਮੈਂ ਉੱਥੇ ਪੜਿਆ میٹرਕ ਉੱਥੇ ਕੀਤੀ ਹੈ میٹرਕ ਉੱਥੇ ਕੀਤੀ ਨਾ ਕਾਲਜ ਆ ਕ੍ਰਿਸ਼ਚਨ ਕਾਲਜ ਮਰਰੇ ਕਾਲਜ ਸਿਆਲਕੋਟ ਅੱਛਾ ਸੀਗਾ ਹਾਂ ਸੀਗਾ ਕਿਹੜਾ ਸੀਗਾ ਜੀ ਮਰਰੇ ਕਾਲਜ ਸਿਆਲਕੋਟ ਕ੍ਰਿਸ਼ਚਨ ਕਾਲਜ ਕ੍ਰਿਸ਼ਚਨ ਹੈ ਨਾ ਤੇ ਜਿਹੜੇ ਉੱਥੇ ਪੜਾਉਂਦੇ ਸੀਗੇ ਉਹ ਉਹਨਾਂ ਦਾ ਮੈਨੂੰ ਪ੍ਰੋਫੈਸਰਾਂ ਦਾ ਤੇ ਨਾਮ ਯਾਦ ਨਹੀਂ ਹੈਗਾ ਹੂੰ ਤੇ ਪ੍ਰਿੰਸੀਪਲ ਦਾ ਨਾਮ ਯਾਦ ਹੈ ਉਹਦਾ ਨਾਮ ਸੀਗਾ ਡੀ ਲੈਸਲੀ ਸਕਾਰਟ ਅੱਛਾ ਜੀ ਅੰਗਰੇਜ਼ ਅੰਗਰੇਜ਼ੀ ਦਾ ਤੇ ਇੰਗਲਿਸ਼ ਦਾ ਜਿਹੜਾ ਸੀ ਨਾ ਪ੍ਰੋਫੈਸਰ ਉਹ ਵੀ ਅੰਗਰੇਜ਼ ਸੀਗਾ ਉਹਦਾ ਉਹਨੂੰ ਨਾਮ ਯਾਦ ਹੂੰ ਤੇ ਜਿਹੜੇ ਨਾਲ ਮੁੰਡੇ ਉਹ ਤੁਹਾਡੇ ਸੀਗੇ ਜਮਾਤੀ ਉਹ ਉਹਨਾਂ ਦਾ ਉਹਨੂੰ ਕੋਈ ਨਾਮ ਯਾਦ ਨਹੀਂ ਅੱਛਾ ਜੀ ਕੋਈ ਯਾਦ ਨਹੀਂ ਯਾਦ ਠੀਕ ਆ ਤੇ ਜਿਹੜਾ ਪਿੰਡ ਦੇ ਵਿੱਚ ਬਜ਼ੁਰਗਾਂ ਦਾ ਕੀ ਕਾਰੋਬਾਰ ਕੀ ਸੀਗਾ ਸਾਡੇ ਦੇਖੋ ਜੀ ਸਾਡੇ ਦਾਦਾ ਜੀ ਜਿਹੜੇ ਸਨਾਂ ਉਹ ਮਿਲਟਰੀ ਚੌਰੀ ਰਿਟਾਇਰ ਸੀਗੇ ਹਾਂਜੀ ਨਾਂ ਉਹਨਾਂ ਦੇ ਜਿਕਰ ਨ ਰੰਗ ਸੀ ਤੇ ਸਾਡੇ ਪਿਤਾ ਜੀ ਇਹਨਾਂ ਨੇ ਸਿੰਗਾਪੁਰ ਮਲਾਇਆ ਸੀ ਰੇਲਵੇ ਚੋਂ ਸੇਖਨਬਖ ਰਿਟਾਇਰ ਹੋ ਸੀਗੇ 1925 ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਚਾਰ ਭਰਾ ਹਾਂ ਚੋਂ ਭਰਾਵਾਂ ਵਿੱਚੋਂ ਮੇਥੋਂ ਸਭ ਤੋਂ ਵੱਡੇ ਸੀਗੇ ਉਹਨਾਂ ਦਾ ਨਾਂ ਸੀ ਜੀਆ ਦਲੀਪ ਸਿੰਘ ਉਹ ਮਿਲਟਰੀ ਚੌ ਸੂਬੇਦਾਰੀ ਰਿਟਾਇਰ ਹੋ ਕੇ ਉਿੱਤੇ ਫਿਰ ਪੰਜਾਬ ਦੇ ਵਿੱਚ ਇੰਟੈਲੀਜੈਂਟ ਮਹਿਕਮੇ ਦੇ ਇੰਸਪੈਕਟਰ ਵਰਤੀ ਹੋਏ ਸੀਗੇ। ਉਹਨਾਂ ਤੋਂ ਛੋਟੇ ਉਹ ਰੇਲਵੇ 'ਚ ਉਹ ਗਾਰ ਸੀਗੇ। ਉਹਨਾਂ ਤੋਂ ਛੋਟੇ ਮੈਂ ਮੈਂ ਵੀ ਰੇਲਵੇ 'ਚ ਸੇਹੇ ਸੁਬਾੜ ਰਜਾਇਆ ਹੋਇਆ। ਮੇਰੇ ਤੋਂ ਛੋਟੇ ਸੀਗੇ ਉਹ ਆਫਸਰ ਡਿਪਟੈਂਟ ਰੇਲਵੇ 'ਚ ਜਿਹਨੂੰ ਦੇ ਰਿਟਾਇਰ ਹੋਇਆ ਨੇ। ਨੌਕਰੀ ਪੇਸ਼ਾ ਸੀ ਸਾਰੇ ਹਨਾ ਜੀ। ਨੌਕਰੀ ਪੇਸ਼ਾ ਸਭਾ ਜੀ ਰੇਲਵੇ ਡਿਪਾਰਟਮੈਂਟ। ਅੱਛਾ ਜੀ। ਹਾਂ ਠੀਕ ਆ ਤੇ ਉਹ ਜ਼ਮੀਨ ਕਿੰਨੀ ਸੀਗੀ ਉੱਥੇ ਜ਼ਮੀਨ ਹੀ ਸਾਡੇ 30 ਕਿੱਲੇ ਦੀ ਸੀ ਅੱਛਾ ਜੀ 30 ਕਿੱਲੇ 30 ਕਿੱਲੇ ਅੱਛਾ ਡੇਢ ਮਰੱਬਾ ਹੋ ਗਿਆ ਨਾ ਹਾਂ ਤੇ ਜਿਹੜਾ ਪਾਣੀ ਪੂਣੀ ਆ ਹਨਾ ਮਾਲ ਫਸਲ ਤੁਹਾਡੇ ਬਿਜੁਰ ਕਾਪ ਕਰਦੇ ਠੇਕੇ ਦੇ ਦਿੱਤੇ ਨਾ ਨਾ ਸਾਡੇ ਨਾ ਦਾਦੇ ਵੇਤੀ ਕੀਤੀ ਹੈ ਨਾ ਘਾੜੇ ਪਿਤਾ ਜੀ ਨੇ ਨਾ ਆਸਾਂ ਕਿਸੇ ਨੇ ਕੀਤੀ ਹੈ ਅੱਛਾ ਠੇਕੇ ਦੇ ਦਿੱਤੀ ਤਾਂ ਨਾ ਮੁਲਾਜ਼ਮ ਸਾਹਿਬ ਠੇਕੇ ਦੇ ਦੇਣੀ ਸੀ ਬਿਲਕੁਲ ਹਾਂ ਜੀ ਪਾਣੀ ਪੂਣੀ ਜਿਹੜੀਆਂ ਜ਼ਮੀਨਾਂ ਨੂੰ ਨਹਿਰੀ ਸੀਗਾ ਖੂਹਾਂ ਵਾਲੇ ਸੀਗੇ ਪਾਣੀ ਖੂਹ ਸੀਗਾ ਅੱਛਾ ਜੀ ਨਾ ਰੁੱਤ ਕੋਈ ਨਹੀਂ ਲੱਗਦੀ ਸਾੜੇ ਹੀ ਲੱਗਦੇ ਤੇ ਜਿਹੜੀ ਜ਼ਮੀਨਾਂ ਢਾਡੀਆਂ ਸੀਗੀਆਂ ਨਾ ਖੂਹ ਉਹ ਕਹਿੰਦੇ ਨਾਵਾਂ ਤੇ ਹੁੰਦੇ ਸੀਗੇ ਕੋਈ ਪਤਾ ਕੀ ਨਾਂ ਸੀਗਾ ਖੂਹਾਂ ਦਾ ਸਾਡੇ ਖੂਹ ਦਾ ਨਾਂ ਸੀ ਮਸਤੀਆਣਾ ਹਾਂਜੀ ਮਸਤੀਆਣਾ ਮਸਤੀਆਣਾ ਅੱਛਾ ਜੀ ਮਸਤੀਆਣਾ ਜੀ ਖਲਾਦੇ ਸੀਗਾ ਅੱਛਾ ਜੀ ਨਾ ਤੇ ਕਿੱਥੇ ਕ ਜਮੀਨ ਪੈਂਦੀ ਸੀ ਪਿੰਡ ਦੇੋਂ ਸਾਡੇ ਪਿੰਡ ਤੋਂ ਸੀਗੀ ਕਰਤਗ੍ਰਾਮ 3 ਕਿਲੋਮੀਟਰ ਅੱਛਾ ਜੀ ਕਿਹੜੀ ਸਾਈਡ ਦੇ ਏ ਜੇ ਨਹੀਂ ਚੜਦੇ ਆਲਾ ਚੜਦੇ ਆਲਾ ਨਾ ਚੜਦੇ ਆਲਾ ਤੇ ਬਾਬਾ ਜਿਹੜੇ ਪਿੰਡ ਵਿੱਚ ਘਰ ਸੀਗੇ ਤੁਹਾਡੇ ਨਾ ਉਹ ਪੱਕੇ ਸੀਗੇ ਕੱਚੇ ਸੀਗੇ ਸਾਡੇ ਸਾਰਾ ਪਿੰਡ ਤਕਰੀਬਨ ਪੱਕਾ ਸੀਗਾ ਅੱਛਾ ਜੀ ਪਿੰਡ ਇੱਡਾ ਵੱਡਾ ਸੀਗਾ ਕਿ ਆ ਦੱਸੂਗੇ ਤੇ ਚਾਰ ਪਿੰਡ ਵੀ ਹੋ ਇਹ ਜੋ ਹੋਣ ਨਾ ਤਾਂ ਉਹ ਉਹਦਾ ਪਿੰਡ ਨਹੀਂ ਹੋ ਸਕਦਾ ਅੱਛਾ ਜੀ ਸਾਡੇ ਸੀਗੇ ਤਿੰਨ ਮਕਾਨ ਇੱਕ ਮਕਾਨ ਸਾਡਾ ਸੀਗਾ ਪਿੰਡ ਦੇ ਵਿੱਚ ਹਮ ਇੱਕ ਸੀਗਾ ਸੜਕ ਦੇ ਉੱਤੇ ਉਹ ਸੀਗੀ ਡੰਗਰਾਰੀ ਵੇਲੀ ਕਨਾਲ ਥਾਂ ਸੀਗਾ ਇੱਕ ਉਸ ਦੇ ਸਾਹਮਣੇ ਉਹ ਚਾਰ ਸੜੇ ਸੀਗੀ ਉਹਦੇ ਸਾਹਮਣੇ ਮਕਾਨ ਬਣਾਇਆ ਸੀਗਾ ਲੇਕਿਨ ਉਹਨੂੰ ਅਸੀਂ ਐਜ਼ এ ਵੇਲੀ ਦੇ ਤੌਰ ਤੇ ਵਰਤੇ ਸੀ ਕਿਉਂਕਿ ਅਸੀਂ ਚਾਰ ਪਰਾ ਸੀ ਹਾਂਜੀ ਇੱਕ ਨੂੰ ਅਸੀਂ ਦਿੱਤਾ ਸੀਗਾ ਪਿੰਡ ਵਾਲਾ ਤੇ ਦੂ ਨੂੰ ਅਸਾਂ ਜਿਹੜਾ ਦੋਚਾਰਾ ਸੀ ਇੱਕ ਨਾਲ ਦੂ ਨੂੰ ਉਹ ਦੇਣਾ ਸੀਗਾ ਤੇ ਚੌਥੇ ਨੂੰ ਉਹ ਦੇਣਾ ਸੀਗਾ ਜਿਹੜਾ ਸਾਡੇ ਦੇ ਨਾਲ ਸਾਹਮਣੇ ਮਨਾਇਆ ਸੀਗਾ ਹੂੰ ਤੇ ਹਿਸਾਬ ਲਾ ਲੋ ਜਿਹੜਾ ਪਿੰਡ ਵਾਲਾ ਬਗਾਂ ਸੀ ਨਾ ਉਹ ਸਾਹੀ ਸਾਡੇ ਪਿਤਾ ਜੀ ਦੋ ਪ੍ਰਾਜਾਣ ਭੈਣ ਕੋਈ ਨਹੀਂ ਸੀ ਹੈਗੀ ਹੂੰ ਉਹ ਫਿਰ ਅੱਧਾ-ਅੱਧਾ ਬਣ ਕੇ ਤਾਂ ਸਾਡਾ ਪ੍ਰਵਾਸ ਸੀ ਬਾਬਾ ਉਹਤੇ ਫਿਰ ਗੁਜ਼ਾਰਾ ਨਹੀਂ ਸੀ ਹੋ ਸਕਦਾ ਫਿਰ ਉਹ ਜਿਹੜਾ ਬਗਾਂ ਸੀ ਨਾ ਉਹ ਅਸਾਂ ਵੱਡੇ ਨੂੰ ਦਿੱਤਾ ਹੂੰ ਅਸੀਂ ਫਿਰ ਉਹ ਜਿਹੜਾ ਪ੍ਰਕਾਰ ਕਨਾਲ ਸੀ ਨਾ ਅਸੀਂ ਉੱਥੇ ਰਹਿਣ ਲੱਪੇ ਉਹ ਬਗਾਨ ਵੇਚਣਾ ਪੁਰਾਣਾ ਜਿਹੜਾ ਸੀ ਨਾ ਜਿਹੜਾ ਦੂਜਾ ਵਾਲਨ ਦਾ ਗੋਇਆ ਦਾ ਤੇ ਇੱਕ ਬਰਾਡਾ ਸੀਗਾ ਨਗਰ ਵਾਲੀ ਖੁਰਲੀ ਦਾ ਉਹ ਉਸਰੇ ਰਿਆਂ ਦਿੱਤਾ ਸੀਗਾ ਬਾਕੀ ਸਾਰਾ ਜਿਹੜਾ ਮਨਕਾਰ ਬਾਕੀ حصہ ਦਾ ਉਹ ਸਾਰਾ ਨਵਾਂ ਬਣਾਇਆ ਸੀਗਾ ਬਿਲਕੁਲ ਹੂੰ ਉਹਦੇ ਵਿੱਚ ਤਿੰਨ ਕਮਰੇ ਸੀਗੇ ਨਿਰਾਖਾਲਾ 12x20 ਅੱਛਾ ਜੀ ਤਿੰਨ ਕਮਰੇ ਰਸੋਈ ਸੀਗੀ ਰਸੋਈ ਦੇ ਅੱਗੇ ਬਰਨਾਂ ਸੀਗਾ ਰਸੋਈ ਤੇ ਕਮਰੇ ਦੇ ਕੋਲ ਸੀਗਾ ਸਟੋਰ ਹੂੰ ਤੇ ਬੈਠਕ ਸੀ ਸਾਡੀ ਸੜਕ ਦੇ ਉੱਤੇ ਅੱਗੇ ਸੀਗਾ ਦਾਦਾ ਠੜਾ ਹੂੰ 14 ਫੁੱਟ ਬੈਠੀ ਸੀਗੀ 8 ਬਾੜੀਆਂ ਸੀਗੀਆਂ ਲੋ ਅੱਛਾ ਜੀ 2 ਬਾੜੀਆਂ ਸੜਕ ਦੇ ਪਾਸੇ 3 ਬਾੜੀਆਂ ਗਲੀ ਵਾਲੇ ਪਾਸੇ 1 ਬਾੜੀ ਸਾਡੇ ਘਰ ਦੇ ਵਿਹਲੇ ਵਾਲੇ ਪਾਸੇ ਹੂੰ ਡਿਊੜੀ ਸੀਗੀ ਇੱਕ ਦਰਵਾਜ਼ਾ ਡਿਊੜੀ ਨੂੰ ਇੱਕ ਬੈਠਕ ਨੂੰ ਇੱਕ ਘਰ ਨੂੰ ਡਿਊੜ ਦੇ ਵਿਚ ਉਪਰ ਕੋਠੇ ਜਾਂਦੇ ਸਨ ਪੌੜੀਆਂ ਅੱਛਾ ਜੀ ਪੌੜੀਆਂ ਦੇ ਥਲੇ ਸੀਗਾ ਬਾਥਰੂਮ ਬਾਥਰੂਮ ਦੇ ਅੱਗੇ ਸੀਗਾ ਨਲਕਾ ਨਲਕੇ ਦੇ ਨਾਲ ਸੀਗਾ ਚੌਂਕਾ ਹੂੰ ਪੁਰਾਣੇ ਜ਼ਮਾਨੇ ਵਿੱਚ ਉੱਥੇ ਹੀ ਚੁਰਚ ਦੇ ਬੱਲੇ ਬੁਣੀ ਹੁੰਦਾ ਸੀਗਾ ਹਾਂਜੀ ਹਾਂਜੀ ਰੋਟੀ ਪਕਾਈ ਦੀ ਸੀਗਾ ਬਾਬਾ ਜਿਹੜਾ ਪਿੰਡ ਸੀ ਸਾਰਾ ਜੱਟਾਂ ਦਾ ਹੀ ਪਿੰਡ ਸੀ ਕਿ ਹੋਰ ਵੀ ਬਰਾਦਰੀਆਂ ਸੀ ਨਾ ਹੋਰ ਉੱਥੇ ਮੁਸਲਮਾਨ ਸੀ ਕਿ ਹਾਂ ਮੁਸਲਮਾਨ तकरीबन 1/2 ਬੰਦੇ ਹੋਣ ਸੀਗੇ ਅੱਛਾ ਜੀ ਉਹ ਵੀ ਚੀਜ਼ ਨਹੀਂ ਸੀਗੇ ਮਤਲਬ ਜਿਹੜੇ ਸਿੱਖਾਂ ਤੋਂ ਕਨਵਰਟ ਹੋ ਗਏ ਮੁਸਲਮਾਨ ਜਿਹੜੇ ਬਣੇ ਹਾਂ ਉਹ ਵੀ ਚੀਜ਼ ਨਹੀਂ ਸੀਗੇ ਅੱਛਾ ਜੀ ਸਾਡੇ ਪਿੰਡ ਦਾ ਨਬੀ ਜਮ ਸੀਗਾ ਬੰਮਾ ਸ਼ੇਖ ਸੀਗਾ ਇਹ ਵੀ ਚੀਜ਼ ਨਹੀਂ ਸੀਗੇ ਹਾਂ ਹੋਰ ਸੀਗੇ ਉਹਨਾਂ ਦਾ ਨਾ ਸਾਡੇ ਤੇ ਯਾਦ ਨਹੀਂ ਆਗੇ ਹੂੰ ਹੂੰ ਇਹ ਬੰਮਾ ਸ਼ੇਖ ਵੀ ਜਰਾ ਜੀ ਮਾ ਜੀ ਨਾ ਇਹਦਾ ਲੜਕਾ ਉਹਨਾਂ ਦੇ ਨਾਲ ਸੀਗਾ ਇਥੇ ਗੁਰਦਾਸਪੁਰ ਡੀਸੀ ਲਗਾਇਆ ਅੱਛਾ ਜੀ ਇਹ ਇਥੋਂ ਫਿਰ ਹਾਲਾਤ ਖਰਾਬ ਹੋ ਗਿਆ ਇਹਨੂੰ ਇਥੋਂ ਛੱਡ ਕੇ ਜਾਣਾ ਪਿਆ ਹੂੰ ਇਹਨੇ ਜਾ ਕੇ ਆਪਣੇ ਅੱਬਾ ਨੂੰ ਕਿਹਾ ਅੱਬਾ ਜਾਨ ਇਹ ਸਰਦਾਰ ਲੋਕ ਇਥੇ ਨਹੀਂ ਰਹਿ ਸਕਦੇ ਹੂੰ ਇਹਨਾਂ ਦਾ ਇਥੋਂ ਜਾਂਦਾ ਪ੍ਰੋਗਰਾਮ ਬਣਾਓ ਉਹ ਫਿਰ ਉਹਨਾਂ ਦੇ ਅੱਬਾ ਜਾਨ ਨੇ ਸਾਨੂੰ ਫਿਰ ਸਾਡੇ ਬਜ਼ੁਰਗਾਂ ਨੂੰ ਕਹਿਤਾ ਕਿ ਇਹ ਤੋਂ ਸਿੱਧੇ ਨਹੀਂ ਰਹਿ ਸਕਦੇ ਤੁਹਾਨੂੰ ਜਾਣਾ ਪੈਣਾ ਹੈ ਉਹਨਾਂ ਨੇ ਕਿਹਾ ਠੀਕ ਹੈ ਸਾਡੇ ਜਾਂਦਾ ਬੰਦੋਬਸ ਕਰੋ ਉਹ ਫਿਰ ਉਹਨਾਂ ਨੇ ਸਾਡੇ ਜਾਂਦਾ ਬੰਦੋਬਸ ਕੀਤਾ ਅੱਛਾ ਜੀ ਅੱਛਾ ਬਾਬਾ ਜੀ ਜਿਹੜਾ ਪਿੰਡ ਸੀਗੇ ਹੈ ਨਾ ਉਹਦਾ ਜੇਲ੍ਹਦਾਰ ਦਾ ਕੀ ਨਾਮ ਸੀਗਾ ਜੇਲ੍ਹਦਾਰ ਦਾ ਨਾਮ ਸੀ ਆ ਸੇ ਮਮਨ ਸ਼ਫੀਰ ਕਿੱਥੇ ਦਾ ਪਿੰਡ ਦਾ ਹੀ ਸੀਗਾ ਪਿੰਡ ਦਾ ਜੀ ਅੱਛਾ ਜੀ ਚੀਮਾ ਚੀਮਾ ਵਾਰ-ਵਾਰ ਸੀ ਨਾ ਸਾਡੇ ਜੱਟਾ ਚੌਕ ਜਿਹਾ ਸਫਾਇਤ ਪਹੁੰਚੀਗੇ ਅੱਛਾ ਜੀ ਉਹ ਚੀਮੇ ਸੀਗੇ ਉਹ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਸਰਦੇਸ਼ ਸਿੰਘ ਅੱਛਾ ਜੀ ਤੇ ਲੰਬੜਦਾਰ ਲੰਬੜਦਾਰ ਦਾ ਮੁੰਡਾ ਉਹ ਯਾਦ ਕਿਹੜਾ ਕਰੇ ਸੀਗਾ ਹੂੰ ਹੁਣ ਤਾਂ ਜਾਨ ਯਾਦ ਆ ਠੀਕ ਆ ਕਿਉਂਕਿ ਇਹਦਾ ਸ਼ਬਦ ਪੁਰਸ਼ ਦੇ ਨਾਲ ਸਾਡੇ ਬੜੇ ਕਲੋਜ਼ ਲਿੰਕ ਹੈਗੇ ਨੇ ਨਾ ਹੂੰ ਹੂੰ ਤੇ ਉਹ ਇਹਦਾ ਯਾਦ ਹੈ ਠੀਕ ਆ ਤੇ ਜਿਹੜੇ ਮੁੰਡੇ ਉਸੇ ਹਾਨ ਪ੍ਰਵਾਨ ਸੀਗੇ ਤੁਹਾਡੇ ਹੈ ਨਾ ਹਾਂ ਜਿਹੜੇ ਤੁਹਾਡੇ ਪੱਕੇ ਆੜੀ ਸੀਗੇ ਹਾਂ ਉਹ ਦੱਸਿਓ ਤਾਂ ਕੀ ਸੀਗੇ ਨਾਂ ਉਹਨਾਂ ਦੇ ਇੱਕ ਸਰਜੀਵ ਸਿੰਘ ਪਿਰਥੀਪਾਲ ਸਿੰਘ ਤੇ ਇਹਨਾਂ ਦੇ ਵੀ ਸੀਗੇ ਜਿਹੜੇ ਆਇਆ ਇੱਥੇ ਹੈ ਆਪੇ ਕਿੰਦੇ ਦਾ ਡਾੜੀ ਹੈ ਕਿੰਦੇ ਦਾ ਡਾੜੀ ਇਹਦਾ ਕਿੰਦੇ ਦਾ ਡਾੜੀ ਪ੍ਰਿੰਸੀਪਲ ਪ੍ਰਿੰਸੀਪਲ ਇਹ ਛੋਟਾ ਸੀਗਾ ਛੋਟਾ ਸੀ ਇਹ ਛੋਟਾ ਸੀ ਜਿਹੜੇ ਮੁਸਲਮਾਨਾਂ ਦੇ ਸੀਗੇ ਉਹਨਾਂ ਦੇ ਮੁਸਲਮਾਨ ਸੀਗੇ ਉਹ ਸੀਗੇ ਮੁਸਲਮਾਨ ਦੇ ਪਿੰਡ ਦਾ ਨਾਂ ਕੋਈ ਨਹੀਂ ਸਾਡਾ ਪੜਨਾ ਪੜਦਾ ਸਿਰਤ ਸਿਰ ਆਪਾ ਭਾਵਲ ਦਾ ਸੀਗਾ ਇੱਕ ਰਸ਼ੀਦ ਅਕਤਰ ਇੱਕ ਸੀਗਾ ਅਬਦੁਲ ਗੜੀ ਨਹੀਂ ਜਿਹੜੇ ਪਿੰਡ ਦੇ ਸੀਗੇ ਉਹ ਪਿੰਡ ਪਿੰਡ ਦੇ ਮੁਸਲਮਾਨ ਦਾ ਨਹੀਂ ਘੱਟ ਸੀਗੇ ਨਾ ਪੜਦੇ ਨਹੀਂ ਸੀ ਕੋਈ ਮੁਸਲਮਾਨ ਦਾ ਜਾ ਜਾਂਦੀ ਪਰਦੇ ਦੀ ਅੱਛਾ ਇਹ ਪਰਦੇ ਕਿਉਂ ਨਹੀਂ ਸੀ ਅੱਛਾ ਬਾਪੂ ਜੀ ਦੱਸਦੇ ਆ ਵੀ ਜਿਹੜੇ ਸਿਆਲ ਕੁੱਟੇ ਤਗੜੇ ਬੜੇ ਆ ਨਾ ਹਾਂਜੀ ਇਹ ਬੜੇ ਪਹਿਲਵਾਨ ਉਰਥੋਂ ਉੱਠੇ ਆ ਬੜੇ ਤਗੜੇ ਤਗੜੇ ਗੁੰਗਾ ਪਹਿਲਵਾਨ ਜਿਦਾ ਨਾਂ ਆਪ ਲੈਨੇ ਆ ਹਾਂ ਤੇ ਤੁਹਾਡੇ ਵੀ ਪਿੰਡ 'ਚ ਸੀਗਾ ਕੋਈ ਪਹਿਲਵਾਨ ਨਹੀਂ ਕੋਈ ਏਰੀਆ ਦੇ ਵਿੱਚ ਪਹਿਲਵਾਨ ਕੋਈ ਨਹੀਂ ਸੀਗਾ ਲੇਕਿਨ ਸਾਡੇ ਪਿੰਡ 'ਚ ਜਿਹੜੇ ਸਨ ਅਸੀਂ ਇੱਕੋ ਜਿਹੇ ਜਿਮਾਤੀ ਜਾਂ ਸਾਡੇ ਤੇ ਜਿਹੜੇ ਚਾਰ-ਪੰਜ ਸਾਡੇ ਵੱਡੇ ਸੀਗੇ ਹਾਂਜੀ ਅਸੀਂ ਸ਼ਾਮ ਨੂੰ ਕੋਈ ਖੇਡਦਾ ਸੀ ਅਕੜਾ ਵਾਲੀਬਾਲ ਕੋਈ ਲੰਬੀ ਚਾਲ ਕੋਈ ਲਾਂਗ ਜੰਪ ਕੋਈ ਪੋਲ ਵਾਰਡ ਕੋਈ ਕਿਸੇ ਆਪਣਾ ਕੋਲਾ ਚਾਲਾਂ ਮਾਰਨੀ ਆ ਇਹ ਸਾਡੇ ਪਿੰਡ ਦਾ ਬੜਾ ਬਹੁਤ ਪਿੰਡ ਦੇ ਸਾਥੀਆਂ ਨੂੰ ਬਹੁਤ ਸ਼ੌਕ ਜਿਹਾ ਸਾਡੇ ਬਜ਼ੁਰਗ ਵੀ ਬੜੇ ਖੁਸ਼ ਹੁੰਦੇ ਸੀ ਕਿ ਸਾਨੂੰ ਉੱਤੇ ਖੇਡਿਆ ਵੇਖ ਕੇ ਅੱਛਾ ਜੀ ਸ਼ਾਮ ਨੂੰ ਆ ਸਾਂ ਜਾਣਾ ਸਾਰੇ ਬਜ਼ੁਰਗਾਂ ਵੀ ਆ ਜਾਣਾ ਤੁਹਾਨੂੰ ਪਤਾ ਹੈ ਅੰਦਰ ਪੱਛੇ ਖੇਡਦੇ ਹੋਣਾ ਕਿ ਬਜ਼ੁਰਗ ਜਿਹੜੇ ਨੇ ਫਿਰ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਕਰਕੇ ਬੜਾ ਉਤਸ਼ਾਹ ਦੇ ਹੁੰਦੇ ਨੇ ਬਿਲਕੁਲ ਜਿੱਦਾਂ ਦੱਸਦੇ ਆ ਵੀ ਜਿਹੜੇ ਸਿਆਲ ਕੂਟਿਏ ਆ ਵੀ ਸਰੀਰ ਪੱਖੋਂ ਬੜੇ ਤਗੜੇ ਆ ਕੱਦ ਕੁਦ ਪੱਖੋਂ ਵੀ ਬੜੇ ਲੰਬੇ ਹੋਏ ਆ ਉਹ ਹਾਂ ਇਹ ਤਾਂ ਹੈ ਜੀ ਬਿਲਕੁਲ ਹੈ ਬਿਲਕੁਲ ਠੀਕ ਹੈ ਉਹ ਤੇ ਲੋ ਮੇਰਾ ਕੱਦ ਵੀ ਤਕਰੀਬਨ 6 ਫੁੱਟ ਹੋਣਾ ਹੈ ਬਿਲਕੁਲ 6 ਫੁੱਟ ਤੋਂ ਤੇਣਾ ਆਪਾਂ ਨੇ ਹੱਥ ਪੋਛਾ ਦਾ ਦਿਲਜੀਤ ਦਾ ਨਾਂ ਵੀ ਇਹ ਨਾਲ ਹੋਵੇਗਾ ਇੰਦਰ ਵੀ ਦਾ ਛੋਟਾ ਸੀਗਾ ਪਾਲ ਦਾ ਸੀਗਾ ਬਾਬਾ ਦਾ ਵੀ ਤੇ ਪਸ਼ੂ ਰੱਖੇ ਸੀਗੇ ਤੁਸੀਂ ਹੈਰਾਨ ਹੋਗੇ ਹਮ ਤਾਂ ਸਿਹਰਾ ਦਾਜਾ ਦੇ ਖੇਤੀ ਨਹੀਂ ਕੀਤੀ ਸਾਡੇ ਪਿਤਾ ਜੀ ਨੇ ਖੇਤੀ ਲਈ ਸਾਡੇ ਪਿਤਾ ਜੀ ਨੂੰ ਨਾ ਲਵੇਰੇ ਰੱਖਣ ਦਾ ਬੜਾ ਸ਼ੌਕ ਸੀਗਾ ਅੱਛਾ ਜੀ ਲਵੇਰਾ ਰੱਖਣਾ ਤੇ ਬਾਗ ਦਾ ਪਰੋਸਿਸ ਹੈ ਹਮ ਇਹਨਾਂ ਨੇ ਬਾਹਰ ਆ ਕੇ ਨਾ ਇਹ ਬਾਹਰ 1925 ਚ ਰਿਟਾਇਰ ਹੋ ਕੇ ਆਏ ਹਮ ਮੈਂ ਉਹਨਾਂ ਤੋਂ 4 ਸਾਲ ਬਾਅਦ ਮੇਰਾ ਜਨਮ ਹੋਇਆ ਅੱਛਾ ਜੀ ਸਾਡਾ 6 ਕਨਾਲਾ ਬਾਗ ਸੀਗਾ ਸੜਕ ਦੇ ਉੱਤੇ ਪਿੰਡ ਦੇ ਬਿਲਕੁਲ ਨੇੜੇ ਦਿੱਲੀ ਦੀ ਸਮਝੀ ਲੋ ਆਪਣਾ ਟੱਕਰ ਸਾਹਿਬ ਹੈਗਾ ਹੂੰ ਕਾਹਦਾ ਬਾਗ ਸੀਗਾ ਬਾਗ ਦੇਖੋ ਮਾਲਟਾ ਹੂੰ ਨਿੰਬੂ ਸੰਗਤਰੇ ਤੇ ਲੀਚੀ ਵਗੈਰਾ 6 ਕਨਾਲਾ ਦਾ ਬਾਗ ਸੀਗਾ ਅੱਛਾ ਜੀ ਬਾਗ ਦੇ ਕੋਲ ਸੜਕ ਜੀਗੀ ਸੜਕ ਦੇ ਪਾਸੇ ਜੀ ਕੁਟਿਆ ਹੂੰ ਉਹ ਨਵ ਨਵ ਬਾਗ ਲਾਇਆ ਸੀਗਾ ਪਾਣੀ ਦਾ ਬੰਦਲ ਸਹਿ ਕੁੰਡੀ ਸੀਗੀ ਉਹ ਕੁਟਿਆ ਜਿਹੜੀ ਸੀ ਨਾ ਸਾਡੇ ਪਿਤਾ ਜੀ ਉਹ ਸਾਡਾ ਮਾਮਾ ਸਾਡੇ ਕੋਲ ਹੀ ਰਿਹਾ ਉਹ ਮੇਰੇ ਨਾਲ 4 ਸਾਲ ਵੱਡਾ ਸੀਗਾ ਅੱਛਾ ਜੀ ਇਹ ਦੋਵੇਂ ਸਾਲਾ ਪੁਰਾਣਾ ਇਹਨਾਂ ਨੇ ਕੁਟਿਆ ਜੇੜ ਕੇ ਨਾ ਬਾਗ ਨੂੰ ਪਾਣੀ ਲਾਣਾ ਹੂੰ ਥੋੜੀ ਜਿੜ ਪਾਣੀ ਲਾਇਆ ਫਿਰ ਇਹਨਾਂ ਨੇ ਖੂ ਦਾ ਬੰਦਲ ਕੀਤਾ ਖੂ ਖੂ ਲਵਾਇਆ ਫਿਰ ਇਹਨਾਂ ਨੇ ਆਪਣਾ ਢੱਗਾ ਲਿਆ ਹੂੰ ਢੱਗੇ ਨਾਲ ਖੂ ਚੱਲਦਾ ਰਿਹਾ ਬਾਗੜੂ ਪਾਣੀ ਪੁੰਦ ਦਿੰਦੇ ਰਿਹਾ ਟੱਗਾ ਜਰੋਂ ਫਿਰ ਬਿਰਦ ਹੋ ਗਿਆ ਨਾ ਜਦੋਂ ਉਹ ਬਦਲ ਗਿਆ ਇਸ ਕੰਮ ਨਹੀਂ ਰਿਹਾ ਉਹਨੂੰ ਫਿਰ ਛੱਡ ਦਿੱਤਾ ਉਹਦੀ ਜਗ੍ਹਾ ਫਿਰ ਊਠ ਰਿਹਾ ਅੱਛਾ ਹਾਂ ਉਹ ਊਠ ਰੋ ਦਾ ਉਹ ਨਾਲੇ ਪਾਣੀ ਬਾਗ ਨੂੰ ਆਇਆ ਉਹ ਡੱਗਾ ਤੁਸੀਂ ਹੈਰਾਨ ਹੋ ਗਏ ਉਹ ਡੱਗਾ ਟੱਗਾ ਜਰੋਂ ਮਰ ਗਿਆ ਨਾ ਸਾਡੇ ਪਿਤਾ ਜੀ ਨੇ ਕਿਸੇ ਕਸਾਈ ਨੂੰ ਦਿੱਤਾ ਹੂੰ ਉਹਨੂੰ ਆਪਣੇ ਬੇਲੀ ਦੇ ਵਿੱਚ ਟੋਇਆ ਪੁੱਟ ਕੇ ਰਾ ਉੱਤੇ ਦਬ ਦਿੱਤਾ ਕਿਉਂਕਿ ਇਹਦੀ ਇੱਕ ਵਾਰੀ ਖਾਦੀ ਹੈ ਹੂੰ ਇਹਨੂੰ ਇਹਦੀ ਖਾਲੀ ਲਵਾਣੀ ਹੂੰ ਤੇ ਮੱਝਾਂ ਪਸ਼ੂ ਕਿੰਨੇ ਦਾ ਮੱਝਾਂ ਹਲਕੋ ਘੱਟ ਤੋਂ ਘੱਟ 2 ਮੱਝਾਂ ਇੱਕ ਅਤੀ ਗਾਂ ਜ਼ਰੂਰ ਅੱਛਾ ਜੀ ਪਰਮਾਨੈਂਟ ਹੂੰ ਘੋੜੀ ਪਿੱਛੇ ਉਹਦੇ ਵਿਚਾਰੀ ਵੀ ਹੂੰ ਵੇਲਾ ਕਦੇ ਖਤਮ ਨਹੀਂ ਹੋ ਦਿੰਦੇ ਅੱਛਾ ਜੀ ਦੁੱਧ ਕਰੇ ਵੀ ਚੱਲ ਜੀਗਾ ਅੱਛਾ ਜੀ ਬਿਲਕੁਲ ਠੀਕ ਆ ਤੇ ਬਾਬਾ ਜੀ ਜਦੋਂ ਹੁਣ ਦੱਸਿਆ ਵੀ 47 ਤੋਂ ਪਹਿਲਾਂ ਕੋਈ ਪਿੰਡ ਜਾਂ ਲਾਗੇ ਕੋਈ ਮਜਬੀ ਵਿਤਕਰਾ ਜਾਂ ਲੜਾਈ ਝਗੜਾ ਤਾਂ ਨਹੀਂ ਹੋਇਆ ਉੱਥੇ ਨਾ ਕੋਈ ਨਹੀਂ ਸਰ ਵਧੀਆ ਸੀਗਾ ਸਾਰਾ ਹਾਂ ਆਮ ਤੌਰ ਤੇ ਕੋਈ ਹਲਕੀ ਤਕੜਾ ਨਹੀਂ ਹੋਇਆ ਹਮ ਮਾਰਾ ਮੋਟਾ ਕਿਸੇਲੇ ਹੁੰਦਾ ਚੀਗਾ ਮੁਸਲਮਾਨਾਂ ਦਾ ਉਹਨਾਂ ਦੇ ਗਊ ਗਊ ਦੀ ਹਤਿਆ ਕਰਨੀ ਹਾਂ ਹਾਂ ਤਾਂ ਫਿਰ ਅਸੀਂ ਲੋਕ ਤੇ ਵੀ ਨਹੀਂ ਰਿਹਾ ਪਛਾਣ ਕਰਦੇ ਹਾਂਜੀ ਹਾਂਜੀ ਇਹ ਮਾਰਾ ਮੋਟਾ ਬਹੁਤ ਘੱਟ ਇਹ ਚੜਾ ਹੁੰਦਾ ਰਿਹਾ ਹਾਂ ਹਾਂ ਉਦਾਂ ਨਹੀਂ ਕੁਝ ਵੀ ਸਦਾ ਕੁਝ ਆਪ ਆਪ ਨਾਰਮਲ ਠੀਕ ਹੈ ਨਾ ਸਾਹਵਾਲ ਦੇ ਜਿਹੜੇ ਤਕੜੇ ਜ਼ਿਮੀਂਦਾਰ ਸੀਗੇ ਉਹ ਨਾਂ ਨੂੰ ਪਤਾ ਉਹਨਾਂ ਦੇ ਗੁਰਬਖਸ਼ ਸਿੰਘ ਘੰਡਾ ਸਿੰਘ ਤੇ ਆ ਸੌਰਨ ਸਿੰਘ ਆਪਣਾ ਆਕਰ ਮਦੀਪੁਰ ਦੇ ਨਾਲ ਸੰਗਲਾ ਹੂੰ ਇਹ ਬੜੇ ਤਗੜੇ ਜੀਵਿਦਾਰ ਸੀਗੇ ਹੂੰ ਇਹਨਾਂ ਦੀਆਂ 100 ਲੀ ਵੀ ਜੀਵਿਨ ਸੀਗੀਆਂ ਇਹਨਾਂ ਦੇ 12 ਵੀ ਜੀਵਨਾ ਸੀਗੀਆਂ ਜਦੋਂ 12 ਅਲਾਟਮੈਂਟ ਹੋਈਆਂ ਨਾ 12 ਬਾ ਬਾ ਪਰ ਜੋ ਨਾਲ ਗਰੇ ਨਾ ਇਨਨ ਨੂੰ ਆਉਤੇ ਮਰਬੇ ਦਿੱਤੇ ਹਾਂ ਇਹਨਾਂ ਜਗ੍ਹਾ ਉੱਤੇ ਮਰਬੇ ਲਾ ਕੇ ਆਬਾਦ ਕੀਤੇ ਵਾਓ 132 ਚੱਕ ਸਾਹੋਵਾਲ ਜਿਹੜਾ ਹਨ ਲੈਲਪੁਰ ਦੇ ਵਿੱਚ ਇਹਨਾਂ ਦੇ ਸੀਗੇ ਸੁਰਨ ਸਿੰਘ ਦੇ ਸੀਗੇ ਡੈਡੀ ਗੰਡਾ ਸਿੰਘ ਹਾਂ ਉਹ ਉਹਨਾਂ ਨੂੰ ਬਾਗਾ ਦਾ ਬੜਾ ਸ਼ੌਕ ਸੀਗਾ ਹਾਂ ਉਹ ਸਾਡੇ ਪਿਤਾ ਜੀ ਦੇ ਬਿਲਕੁਲ ਲੰਗੋਟੀਆਂ ਯਾਰ ਸੀਗੇ ਅੱਛਾ ਜੀ ਹਾਂ ਲੰਗੋਟੀਆਂ ਯਾਰ ਸੀਗੇ ਹਾਂ ਤੇ ਕਿਹੜੇ ਕਿਹੜੇ ਬੰਦੇ ਫੇ ਤੁਹਾਡੇ ਉੱਠ ਕੇ ਜਿਹੜੇ ਉਹ 132 ਚੱਕ ਸਾਹੋਵਾਲ ਜਗ੍ਹਾ ਆ ਜਿਹੜੇ ਤੁਹਾਡੇ ਪਿੰਡੋਂ ਸਿਆਲਕੋਟ ਚੋਂ ਉੱਠ ਕੇ ਲਾਲਪੁਰ ਗਏ ਆ ਇਹੋ ਹੀ ਆਪਣਾ ਆ ਸੁਰਨ ਸਿੰਘ ਦੇ ਡੈਡੀ ਗੰਡਾ ਸਾਈਡ ਦੇ ਗੁਰਬਖਸ਼ ਸਿੰਘ ਜਿਹੜੇ ਆਉਂਦੇ ਨੇ ਆਪਣਾ ਆ ਕਿਹੜਾ ਪਿੰਡ ਆ ਪੜਾ ਬੁੱਧੋ ਫਰਕਤ ਹਾਂਜੀ ਬੁੱਧੋ ਫਰਕ ਉੱਥੋਂ ਦੇ ਯਾਰ ਆ ਜਾਂਦੇ ਤੇ ਜਿਹੜੇ ਨੇ ਗੁਰਬਖਸ਼ ਸਿੰਘ ਜੀ ਹਾਂਜੀ ਪਹਿਲੇ ਜਿਹੜਾ ਦਲੀਪ ਸਿੰਘ ਨਲਕਣਾ ਸਾਹਿਬ ਦੇ ਸ਼ਹੀਦ ਹੋ ਗਏ ਉਹ ਵੀ ਉੱਥੇ ਦੇ ਆ ਨਾ ਇਹ ਵੀ ਉੱਥੋਂ ਦੇ ਤਾਂ ਪਿਛਲਾ ਪਸ਼ੋਕਰ ਤੁਹਾਡੇ ਪਿੰਡ ਦਾ ਹੈ ਨਾ ਸ਼ੋਕਰ ਸਾਡੇ ਪਿੰਡ ਗਈ ਹੈ ਹਾਂ अच्छा बाबा जी उठे किद्दा किद्दा पता लगा ਵੀ ਸਾਨੂੰ ਹੁਣ ਆ ਜੰਮਣ ਭੋਏ ਛੱਡਣੀ ਪੈਣੀ ਆ ਇਹ ਕਿ ਜੀ ਮਾਰਚ ਅਪ੍ਰੈਲ ਚ ਪਤਾ ਲੱਗਿਆ ਸੀਗਾ ਕਿ ਇਹ ਹਾਲਾਤ ਖਰਾਬ ਹੋ ਰਹੇ ਨੇ ਇਹ ਪਾਕਿਸਤਾਨ ਬਣ ਨਹੀਂ ਬਣਨਾ ਹਾਂ ਜਿਹੜਾ ਡੀਸੀ ਦੱਸਿਆ ਵੀ ਲੱਗਾ ਸੀ ਉਹਨੇ ਵੀ ਜਾ ਕੇ ਪਿੰਡ ਉਹ ਤਾਂ ਬਾਅਦ ਦੀ ਗੱਲ ਹੈ ਨਾ ਅੱਛਾ ਜੀ ਉਹ ਫਿਰ ਇੱਕ ਦਿਨ ਪਹਿਲਾਂ ਜਿਸ ਦਿਨ ਅਸੀਂ ਨਿਕਲੇ ਆ ਨਾ ਉਦੋਂ ਪਹਿਲਾਂ ਇੱਕ ਦਿਨ ਸਾਨੂੰ ਪਤਾ ਲੱਗਾ ਕਿ ਆਲੇ ਦੁਆਲੇ ਦੇ ਜਿਹੜੇ ਨਾ ਮੁਸਲਮਾਨ ਉਹ ਇਕੱਠੇ ਹੋ ਕੇ ਉਹਨਾਂ ਨੇ ਸਾਡੇ ਪਿੰਡ ਦੇ ਉੱਤੇ ਰਾਤ ਨੂੰ ਉਹਨਾਂ ਨੇ ਹਮਲਾ ਕਰਨਾ ਹੈ। ਹਾਂ। ਵਾਕਈ ਇਹ ਗੱਲ ਬਿਲਕੁਲ ਸਹੀ ਸੀਗੀ। ਸਾਨੂੰ ਪਤਾ ਲੱਗ ਗਿਆ ਅਸੀਂ ਜਿਹੜੇ ਹੈ ਨਾ ਸਾਡੇ ਘਰ ਪਿੰਡ ਦੇ ਆਲੇ ਦੁਆਰੇ ਬੱਦ ਦੂਰ ਪਿੰਡ ਦੇ ਵਿਚਕਾਰੋਂ ਦੂਰ ਜਿਹੜੇ ਸੀਗੇ ਅੱਜ ਸਾਰੇ ਉਹ ਰਾਤ ਉਹ ਘਰ ਛੱਡ ਕੇ ਨਾ ਪਿੰਡ ਦੇ ਵਿਚਕਾਰੇ ਵੱਡਾ ਸਾਰਾ ਘਰ ਸੀਗਾ ਤਕਰੀਬਨ ਸਾਰੇ ਅਸੀਂ ਉਸ ਘਰ ਚ ਰਾਤ ਨੂੰ ਆ ਗਏ ਸਾਨੂੰ ਉਸ ਰਾਤ ਨੂੰ ਮੁਸਲਮਾਨਾਂ ਦੀਆਂ ਆਵਾਜ਼ਾਂ ਜਿਨ੍ਹਾਂ ਨੇ ਟੈਕ ਕਰਨਾ ਸੀਗਾ ਸਾਨੂੰ ਆਵਾਜ਼ਾਂ ਸੁਣਦੀਆਂ ਸੀਗਾ ਪਰ ਨਾਰੇ ਜਦਾਂ ਲਾਉਂਦੇ ਸੀ ਨਾਰੇ ਲਾਉਂਦੇ ਸੀਗੇ ਪਾਕਿਸਤਾਨ ਜਿੰਦਾਬਾਦ ਉਹਨਾਂ ਦੀ ਲੇਕਰ ਹਿੰਮਤ ਨਹੀਂ ਪਈ ਸਾਡੇ ਪਿੰਡ ਦੇ ਵਿੱਚ ਦਾਖਲ ਹੁੰਦੀ ਹੂੰ ਕਿਉਂਕਿ ਇਹ ਵੀ ਤਕੜੇ ਆ ਨਾ ਹਾਂ ਉਹਨਾਂ ਨੂੰ ਬਹੁਤ ਹੈ ਗੱਲ ਠੀਕ ਜੀ ਸਰਲੇ ਸਰਲੇ ਕੋਲ ਖੁਦ ਕਿਸਤੌਲ ਸੀਗਾ ਅਸਲਾ ਸੀਗਾ ਪਿੰਡ ਹਾਰੇ ਕੁਲ ਪਸੋਰ ਸੀਗਾ ਹਮ ਗੱਲ ਕੋ ਪਸੋਰ ਸੀਗਾ ਬਾਕੀ ਅਸਲਾ ਸੀਗਾ ਵੱਡੇ ਵੱਡੇ ਜਵਾਨ ਸੀ ਸਾਡੇ ਮੈਂ ਪਿੰਡ ਤੇ ਸਾਰੇ ਬੱਚੇ ਉਹਨਾਂ ਦੀ ਸਾਡੇ ਕੋਲ ਸਾਰੀ ਰਾਤ ਹਿੰਮਤ ਰਹੀ ਪਈ ਪਿੰਡ ਦੇ ਦਾਖਲ ਹੋ ਦੀ ਹਮ ਦਿਨ ਚੜਿਆ ਫੇਰ ਸਾਨੂੰ ਦੱਸਿਆ ਨਾ ਪਤਾ ਲੱਗਾ ਉਹਨੇ ਕਿ ਆਪਨਾ ਜਹਾਜ਼ਦਾਰ ਨੇ ਤੁਹਾਨੂੰ ਉਜਾੜਾ ਪੈਣਾ ਆ ਅਗਰ ਠੀਕ ਜਾੜਾ ਪੈਣਾ ਮੰਨ ਉਸ ਕਰੋ ਹਮ ਰਾਸੀ ਸਹਾਵ ਲਾਲੋ ਸਤਰੀ ਫੇਰ ਆਪਣਾ ਤਾਲੇ ਮਾਰ ਕੇ ਵੇਲੀ ਨੂੰ ਡੰਗਰਾ ਲੈਣੇ ਨੂੰ ਘਰ ਨੂੰ ਵੀ ਅਸੀਂ ਫਿਰ ਪਹਿਲਾਂ ਦੇ ਸਹਿਬੰਦ ਪਿੰਡ ਦੇ ਕੋਲ ਸੀਗਾ ਮੰਦਰ ਮੰਦਰ 'ਚ ਉੱਥੇ ਛਾਰੇ ਇਹ ਫਿਰ ਇਹਨਾਂ ਨੇ ਸਭ ਕਿਹਾ ਵੀ ਤੁਹਾਡਾ ਕੈਂਪ ਲੱਗਾ ਹੈ ਨਹਿਰ ਦੇ ਉੱਤੇ ਹੂੰ ਰੇਲਵੇ ਲਾਈਨ ਦੇ ਕੋਲ ਸੀ ਨਹਿਰ ਉੱਥੇ ਫਿਰ ਸਾਡਾ ਉੱਥੇ ਕੈਂਪ ਲੱਗਾ ਜਿਹੜੇ ਘਰ ਭਰੇ ਭਰਾਏ ਛੱਡ ਜਾਂਦੇ ਉਹ ਛੱਡ ਜਾਂਦੇ ਕੁਛ ਨਹੀਂ ਨਾਲ ਲਿਆਂਦਾ ਮڑے ਮੋੜੇ ਕੱਪੜੇ ਲੈ ਲੈਂਦੇ ਆ ਤੇ ਜਿਹੜੇ ਡੰਗਰ ਸੀਗੇ ਉਸਰੇ ਖੁੱਲੇ ਛੱਡਦੇ ਕਿ ਬੰਦੇ ਨੇ ਅੰਦਰੇ ਵਹਿਲੀ ਚ ਵਹਿਲੀ ਬੰਦੇ ਜਿਹੜਾ ਖੋਲ ਕੇ ਲੈ ਜਵੇ ਲੈ ਜਵੇ ਹਾਂ ਸਾਡੇ ਜਦੋਂ ਸਾਡੇ ਹੈ ਹੀ ਨਹੀਂ ਹੁਣ ਸਾਡੇ ਕੋਲ ਕੋਈ ਲਾਜ ਹੈ ਬਿਲਕੁਲ ਹੈ ਅੱਛਾ ਇਹ ਲੇਕਿਨ ਆਪੋ ਤੇ ਹੁੰਦਾ ਮਸੂਬ ਤੇ ਬੜਾ ਹੁੰਦਾ ਲੇਕਿਨ ਇਹ ਗੱਲ ਹੈ ਮਹਾਰਾਜ ਕਿਰਪਾ ਹੈ ਇੱਧਰ ਆ ਕੇ ਰਾਂ ਸਾਹਾਂ ਕੋਈ ਅਸੀਂ ਤੰਗੇ ਤੇ ਨਹੀਂ ਦੇਖੇ ਜਿਹੜੇ ਪਿੰਡ ਵਾਲਿਆਂ ਨੇ ਮਦਦ ਕੀਤੀ ਉਦੋਂ ਕਿੱਥੋਂ ਦੇ ਜਦੋਂ ਤੁਸੀਂ ਉੱਠਣ ਲੱਗੇ ਆ ਪਿੰਡ ਵਾਲਿਆਂ ਨੇ ਮਦਦ ਕੀਤੀ ਢਾਡੀ ਦੇ ਉੱਤੇ ਜਿਹੜੇ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਕਿਸੇ ਕਰਕੇ ਕੋਈ ਤੰਗੀ ਨਹੀਂ ਦਿੱਤੀ ਹੂੰ ਪੂਰਾ ਸਹਿਯੋਗ ਦਿੱਤਾ ਹੂੰ ਨਿਕਲਣ ਵਾਸਤੇ ਪੂਰਾ ਸਹਿਯੋਗ ਦਿੱਤਾ ਕੋਈ ਆਪਸ ਤੂੰ ਤੂੰ ਮੈਂ ਬਿਲਕੁਲ ਨਹੀਂ ਹੋਈ ਹੂੰ ਹੂੰ ਤਾਂ ਫਿਰ ਕੈਂਪ ਕਿੱਥੇ ਲੱਗਾ ਠਾੜਾ ਕੈਂਪ ਨਹਿਰ ਦੇ ਉੱਤੇ ਨਹਿਰ ਤੇ ਹਾਂ ਅੱਛਾ ਜੀ ਨਹਿਰ ਤੇ ਉੱਥੇ ਫਿਰ ਇਹਨਾਂ ਨੇ ਟ੍ਰੇਨ ਅਰੇਂਜ ਕੀਤੀ ਹੂੰ ਰੇਲਵੇ ਗੱਡੀ ਉਥੇ ਅਸੀਂ ਰੇਲ 'ਚ ਬਹਿ ਗਏ ਸਾਰੇ ਉਹ ਰੇਲ ਚੱਲ ਕੇ ਤੇ ਚਲਕੋਟ ਜੰਕਸ਼ਨ ਸਟੇਸ਼ਨ ਜੀ ਕਿ ਉਥੇ ਪਹੁੰਚੀ ਉਥੇ ਉਹਨਾਂ ਨੇ ਅਸੀਂ ਬੈਠੀ ਸੀ ਇਹ ਪਿੱਛੇ ਡੱਬੇ 'ਚ ਹੂੰ ਸਾਨੂੰ ਰਹਿ ਕਿਹਾ ਜੀ ਇਹ ਡੱਬਾ ਖਾਲੀ ਕਰ ਦਿਓ ਅੱਛਾ ਜੀ ਆਹ ਕਹ ਵੀ ਖਾਲੀ ਕਰ ਜਾਈਏ ਅੱਗੇ ਕਿੱਥੇ ਜਾਈਏ ਹੂੰ ਮੈਂ ਜੀ ਖਾਲੀ ਕਰਨਾ ਪੈਣਾ ਉੰਡਾ ਦਾ ਰਾਸ਼ਿਕ ਨੂੰ ਕਰਨਾ ਪਿਆ ਬਿਲਕੁਲ ਅਸੀਂ ਫਿਰ 2000 3000 ਲੇਡੀਜ਼ ਉਹਨਾਂ ਤਾਂ ਅਸੀਂ ਕਿਸੇ ਤਰੀਕੇ ਨਾਲ ਨਾਲ ਦੇ ਕਮਰੇ ਚ ਅਡਰੈਸ ਕੀਤਾ ਹਮ ਅਸੀਂ ਜਿਹੜੇ ਨੌਜਵਾਨ ਸੀਗੇ ਅਸੀਂ ਫਿਰ ਗੱਡੀ ਦੇ ਉੱਤੇ ਬਹਿ ਗਏ ਅੱਛਾ ਜੀ ਛਾਦੇ ਉੱਤੇ ਬਹਿ ਗਏ ਹਮ ਬੈਠੇ ਉਹ ਪਿਛਲੇ ਡੱਬੇ ਚ ਨਾਲ ਪਤਾ ਲੱਗਾ ਇਹਨਾਂ ਨੇ ਉੱਤੇ ਗੁੰਡੇ ਬਿਦਾ ਬਿਠਾ ਦਿੱਤੇ ਅੱਛਾ ਜੀ ਕੋਈ ਨਹੀਂ ਠੀਕ ਹੈ ਗੱਡੀ ਚੱਲੀ ਨਾਰਵਾਲ ਜਾ ਕੇ ਨਾ 6:30 ਵਜੇ ਹੈ ਸ਼ਾਮ ਦੇ ਸ਼ਾਮ ਦੇ ਗੱਡੀ ਚੱਲੇ ਨਾ ਹੂੰ ਘੰਟਾ ਹੋ ਗਿਆ ਚੱਲੇ ਨਾ ਸਾਢੇ ਨਾਲ ਸੀ ਗੋਰਖਾ ਰੇਜ ਬੈਠਾ ਅੱਛਾ ਇਹ ਆਪਣੀ ਸ਼ੀਰੀ ਡਿਵੀਜ਼ਨ ਸਿਆਲਕੋਟ ਤੋਂ ਆਈ ਨਾਲ ਉਹ ਹਾਂ ਸਿਆਲਕੋਟ ਨਾਲ ਸੀ ਅੱਛਾ ਜੀ ਗੱਡੀ ਤੇ ਨਾਲ ਹੂੰ ਉਹ ਘੰਟਾ ਹੋ ਗਿਆ ਚੱਲੇ ਨਾ ਉਹਦਾ ਜਰਾ ਇੰਚਾਰਜ ਸੀ ਨਾ ਗੋਰਖਾ ਉਹ ਮੇਰੇ ਡਰਾਈਵਿੰਗ ਗਿਆ उन्हें कहा भाई ड्राइवर साहब क्या बात है आप चलते क्यों है नहीं हैं? वो कह दिया इंजन खराब हो गया क्या करें है? हम हमारे बस की बात तो है नहीं है तो तुम पता है गोरखा जी हालात खराब सी वो समझ गया उन्हें कहा भाई ड्राइवर साहब देखो जी ये तो इंजन खराब है तो ठीक है जो तेरी इंजन खराब है ना उन्हें स्टीन गर्ज काती रख दी थी हाँ अच्छा ਤੇ ਤੂੰ ਸਿਆਣੇ ਜਾਣ ਹਰ ਕੋ ਨੂੰ ਪਿਆਰੀ ਆ ਹੂੰ ਉਹ ਫੇ ਇੰਜਨ ਵੀ ਠੀਕ ਹੋ ਗਿਆ ਅੱਛਾ ਅੱਛਾ ਜੀ ਨਹਿਰਾ ਪੈ ਗਿਆ ਹਾਂ ਨਹਿਰਾ ਪੈ ਕੇ ਉਹ ਤੋਂ ਫੇ ਨੇੜੇ ਹੀ ਸੀਗਾ ਆਪਣਾ ਡੇਰਾ ਬਾਬਾ ਨਾਲਕ ਹੂੰ ਰਾਵੀ ਦਾ ਪੁਲ ਸੀਗਾ ਹਾਂ ਜੀ ਆਗਾ ਤੇ ਜਾ ਨਹੀਂ ਸਕਦੇ ਉਹਨੇ ਉਹ ਬੋਲਦੇ ਕੋਲ ਹੀ ਸਾਨੂੰ ਵੱਡੀ ਖਾਲੀ ਕਰਨੀ ਪਈ ਹੂੰ ਮੰਦਾ ਦਿਹਾੜੇ ਕੋਈ ਨਾ ਪੁੱਛੋ ਬੁਰਾ ਹਾਲ ਥਾਂ ਦਾ ਪਤਾ ਨਹੀਂ ਅੱਛਾ ਪੋਲ ਬੜਿਆ ਜੀਗਾ ਸਭ ਪੋਲ ਸੜਕ ਚੜ ਕੇ ਪੋਲ ਪਾਰ ਕਰਕੇ ਜਾਣਾ ਜੀਗਾ ਔਖੀ ਸੌਕੇ ਹੋ ਕੇ ਪੋਲ ਪਾਰ ਕੀਤਾ ਉੱਥੇ ਰਾਤ ਨੂੰ ਫਿਰੇ ਹੂੰ ਬੱਬੇ ਜਿਹੜੀ ਘੋੜੀਆਂ ਸੀਗੀਆਂ ਨਾ ਉਹ ਉਹ ਕਿੱਥੇ ਛੱਡਤੀਆਂ ਫੇ ਉੱਥੇ ਰਹਿ ਕੇ ਘੋੜੀਆਂ ਦੀ ਲੋੜ ਨਹੀਂ ਪਈ ਗੱਡੀ ਆਏ ਨਾ ਹਾਂ ਠੀਕ ਆ ਘੋੜੀਆਂ ਸਰੀ ਹੁਣ ਠੀਕ ਆ ਘੋੜੀਆਂ ਦੀ ਗੱਡੀ ਨਹੀਂ ਆਉਣੀ ਹੈ ਨਾ ਇੱਥੇ ਕੈਂਪ ਲੱਗਾ ਉੱਥੇ ਤੱਕ ਲੈ ਕੇ ਆਏ ਨਾ ਨਾ ਕਰੇ ਹੀ ਕਰੇ ਨਹੀਂ ਖੋਲੀਆਂ ਕਰੇ ਹੀ ਰਹਿਣੇ ਕੁਕ ਬੋੜੀ ਕਰ ਕੰਨਾ ਕੀ ਸੀ ਗੱਲ ਹੂੰ ਅੱਛਾ ਜੀ ਹਾਂ ਤੇ ਫਿਰ ਜਦੋਂ ਪੁੱਲ ਤੇ ਆਏ ਹਨਾ ਪੁੱਲ ਤੇ ਆਏ ਉਧਰ ਰਾਤ ਕੱਟੀ ਹਾਂਜੀ ਪਤਾ ਹੈ ਜੀ ਕਿੱਥੇ ਜਾਣਾ ਹੂੰ ਜੋਰਸੇ ਉੱਥੇ ਐਨਾ ਬੁਰਾ ਹਾਲ ਬੋ ਆਈ ਜਾਵੇ ਖੂਬ ਵੇਖਿਆ ਲਾਸ਼ਾਂ ਭਰੇ ਜਿਹੜੇ ਇਧਰੋਂ ਮੁਸਲਮਾਨ ਜਾਰੇ ਸੀਗੇ ਉਹ ਉਧਰ ਜਾ ਰਹੇ ਉਹਨਾਂ ਨੂੰ ਕਤਲ ਜਾਂ ਕੀਤਾ ਆ ਬਹੁਤ ਬਹੁਤ ਬੁਰਾ ਹਾਲ ਫਿਰ ਸ਼ੇਖੰਦੇ ਪਹੁੰਚੇ ਡੇਰਾਬਾਬ ਨਾਨਕ ਸਾਡੇ ਚਾਚਾ ਦੇ ਸੀਗੇ ਉਦੋਂ ਗਾਰਡ ਉਹ ਸੀਗੇ ਅੰਬਰਸਰ ਹੂੰ ਉਹਨਾਂ ਨੂੰ ਪਤਾ ਲੱਗਾ ਕਿ ਲਈ ਸੀ ਸਾਡੇ ਪਿੰਡ ਵਾਲੇ ਚਰੇ ਲਿਆ ਡੇਰਾਬਾਬ ਨਾਨਕ ਪਹੁੰਚ ਗਏ ਹੂੰ ਉਹ ਉਹਨਾਂ ਨੇ ਉਥੋਂ ਫਿਰ ਉਹ ਗੱਡੀ ਅਰਿਆਂ ਚ ਕਰਕੇ ਨਾ ਡੇਰਾਬਾਬ ਨਾਨਕ ਆਜ਼ਾਦ ਅੱਛਾ ਆਸੀ ਫਿਰ ਸਾਰੇ ਉਸ ਗੱਡੀ 'ਚ ਬਹਿ ਕੇ ਅੰਬਰਸਰ ਪਹੁੰਚੇ ਅੰਬਰ ਅਛਾ ਜੀ ਅੰਬਰਤੋ ਰਫੀਆ ਜੀ ਖਾਲਸਾ ਕਾਲ ਚੜ੍ਹ ਕੇ ਲੱਗਿਆ ਹੂੰ ਉਹ ਦੱਸੋ ਜਿਹੜੇ ਤੁਹਾਡੇ ਭਰਾ ਸੀਗੇ ਦੱਸਿਆ ਵੀ ਉਹ ਵੀ ਰੇਲਵੇ 'ਚ ਹੀ ਸੀਗੇ ਨਾ ਉਹ ਵੀ ਤੁਹਾਡੇ ਨਾਲ ਸੀਗੇ ਡਿਊਟੀਆਂ ਦੇ ਉਸ ਟਾਈਮ ਤੇ ਸਾਡੇ ਸਾਡੇ ਵੱਡੇ ਭਾਈ ਸਾਹਿਬ ਹਾਂਜੀ ਉਹ ਸਾਰ ਮਿਲਟਰੀ 'ਚ ਹੂੰ ਉਹ ਤੇ ਇਧਰ ਸੀਗੇ ਇੰਡੀਆ 'ਚ ਅੱਛਾ ਜੀ ਜੇ ਤਾਂ ਮੇ ਤੋਂ ਵੱਡੇ ਸਾਨਾ ਕੋਈ ਸਾਡੇ ਨਾਲ ਸੀਗੇ ਹਾਂਜੀ ਛੋਟਾ ਵੀ ਨਾਲ ਸੀਗਾ ਇੱਕ ਨਹੀਂ ਸੀਗਾ ਨਾ ਭਾਈ ਹੈ ਇੱਕ ਭਾਈ ਨਹੀਂ ਸੀਗਾ ਨਾਲ ਹੈ ਨਾ ਇੱਕ ਮੈਚ ਚੌਥਾ ਹਾਂਜੀ ਮਤਲਬ ਇੱਕ ਭਰਾ ਨਹੀਂ ਸੀ ਨਾਲ ਬਾਕੀ ਤਿੰਨ ਤੁਸੀਂ ਇਕੱਠੇ ਹਾਂ ਬਾਕੀ ਆ ਤੜਕੇ ਤੇ ਆ ਪਿੰਡ ਬਾਬਾ ਜਿਹੜਾ ਉਹ ਸਮਾਨ ਸ਼ਹੀਦ ਆ ਇੱਥੇ ਕਿੱਦਾਂ ਪਹੁੰਚੇ ਫੇ ਇੱਥੇ ਜੇ ਪਹਿਲਾਂ ਉਥੋਂ ਅਸੀਂ ਆਏ ਜਲੰਧਰ ਹਾਂ ਜਲੰਧਰ ਪਤਾ ਲੱਗਿਆ ਭਾਈ ਪੇ ਹੁਸ਼ਿਆਰਪੁਰ ਜਾਣਾ ਹੂੰ ਛੋਟਾ ਸਾ ਇਹਨਾਂ ਪੂਰਾ ਪਤਾ ਲੱਗਾ ਹੂੰ ਹੂੰ ਉਤੋਂ ਫਿਰ ਅਸੀਂ ਹੁਸ਼ਿਆਰਪੁਰ ਆਏ ਜਲੰਧਰੋਂ ਹੁਸ਼ਿਆਰਪੁਰ ਪਤਾ ਲੱਗਾ ਜੀ ਦੱਸੂਗੇ ਜਾਣਾ ਹੂੰ ਉਤੋਂ ਹੁਸ਼ਿਆਰਪੁਰ ਫਿਰ ਦੱਸੂ ਆਏ ਦਰਸੂਰ ਅੱਗੇ ਪਤਾ ਲੱਗਿਆ ਜੀ ਤੁਹਾਨੂੰ ਅਸਮਾਨ ਸ਼ੀਰ ਲਾਲ ਅਲਰਟ ਹੋਇਆ ਹੈ ਇਥੇ ਅਸਮਾਨ ਸ਼ੀਰ ਆਏ ਅੱਛਾ ਜੀ ਇਥੇ ਆਇਆ ਤੇ ਇਥੇ ਸਾਰਾ ਕੋਈ ਘਰ ਨਹੀਂ ਸੀ ਇਥੇ ਜਾਇ ਇੱਕ ਇੱਕ ਦੇ ਘਰ ਤਾਂ ਪੱਕਾ ਹਮ ਸਭ ਕੱਚੇ ਸਭ ਕੱਚੇ ਸਭ ਕੱਚੇ ਚਲ ਕੋ ਕਿਉਂਕਿ ਮੁਸਲਮਾਨਾਂ ਦਾ ਪਿੰਡ ਸੀ ਉਹ ਵੀ ਇਥੇ ਉਜੜ ਕੇ ਗਏ ਸੀਗੇ ਹਨ ਉਜੜ ਗਏ ਸਭ ਕੱਚੇ ਅੱਛਾ ਜੀ ਬੋਲ ਬੁਰਾ ਅੱਜ ਪਿੰਡ ਦਾ ਸਭ ਕੱਚੇ ਹਮ ਹਮ ਇੱਕ ਕਦਾ ਘਰ ਹੈ ਜੀ ਪੱਕਾ ਉਹ ਵੀ ਪੂਰਾ ਪੱਕਾ ਨਹੀਂ ਇਹ ਕਦੀ ਘਣ ਪੱਕੀ ਬਾਕੀ ਕਚੀਆਂ ਅੱਛਾ ਜੀ ਹਾਂ ਜਿਹੜੇ ਬਾਬਾ ਜੀ ਤੁਹਾਡੇ ਪਿੰਡ ਤੋਂ ਆਏ ਆ ਨਾ ਹਾਂ ਸਾਹਵਾਲ ਤੋਂ ਕਿਹੜੇ ਕਿਹੜੇ ਪਿੰਡਾਂ ਚ ਇੱਧਰ ਆ ਗਏ ਆ ਹਾਂ ਰੇਵਾਲੇ ਸਾਰੇ ਉਹੀ ਨੇ ਆ ਸਾਰੇ ਪਿੰਡਾਂ ਦੇ ਲੱਗ ਲੱਗ ਕੇ ਸਾਰੇ ਹੋਏ ਨੇ ਅੱਛਾ ਜੀ ਸਾਰੇ ਅੱਜ ਜਾਂਡ ਸਾੰਗਲਾ ਕੋਟਲੀ ਹਮਜਾ ਹਾਂ ਕੋਟਲੀ ਅਕਲਿਆਨਪੁਰ ਇਹ ਸਭ ਉਹ ਤੋਂ ਲੜਿਆਣੀ ਇਹ ਸਭ ਵਿੱਚੋਂ ਇੱਕੋ ਪਿੰਡ ਦੇ ਨੇ ਉਹ ਵਾਲੇ ਨੇ ਕਦੀ ਮੁੜ ਕੇ ਵੀ ਗਏ ਆ ਆਪਣਾ ਪਿੰਡ ਦੇਖਣ ਨਾ ਮੌਕਾ ਨਹੀਂ ਮਿਲਿਆ ਅੱਛਾ ਜੀ ਲੇਕਿਨ ਜਾਨ ਤੇ ਜੀ ਕਰਦਾ ਹਾਂ ਪਰ ਹਾਲਾਤ ਮਜਬੂਰ ਕਰ ਦਿੰਦੇ ਅੱਛਾ ਜੀ ਹਾਲਾਤ ਤੁਹਾਨੂੰ ਪਤਾ ਹਾਲਾਤ ਉਹ ਠੀਕ ਹੈ ਨਹੀਂ ਹੂੰ ਹਾਲਾਤ ਬਹੁਤ ਖਰਾਬ ਨੇ ਜੀ ਕਰਦਾ ਜਾਨ ਨੂੰ ਕਦੇ ਰਾਤ ਨੂੰ ਸੁੱਤੇ ਪਏ ਤੇ ਚੇਤੇ ਆਉਂਦਾ ਪਿੰਡ ਕਈ ਵਾਰੀ ਹਾਂ ਕਈ ਪਹਿਲਾ ਪਹਿਲਾ ਐਂਦਾ ਹੁੰਦਾ ਸੀਗਾ ਜੇ ਜੀ ਮੈਂ ਅਸੀਂ ਮਾਂ ਆਪਣੀ ਉੱਥੇ ਛੱਡ ਆਇਆ ਅੱਛਾ ਜੀ ਰਾਤ ਨੂੰ ਸੁਭਣਾ ਮੈਂ ਮਾਂ ਨੂੰ ਮਿਲਣ ਵਾਸਤੇ ਜਾਣਾ ਜਾ ਕੇ ਮਿਲਣਾ ਜੋ ਕੁਝ ਹੋਣਾ ਉਹ ਹੀ ਬਤ ਕਰਨੀ ਮਾਂ ਨੇ ਕਹਿਣਾ ਪੁੱਤਰ ਰੋ ਮੈਂ ਕਿਹਾ ਬੇਬੇ ਜੀ ਮੈਂ ਸ਼ਾਂਤ ਆ ਕੇ ਮੈਂ ਬਾਰਡਰ ਕ੍ਰਾਸ ਕਰਨਾ ਮੈਂ ਰਹਿ ਸਕਦਾ ਹੂੰ ਤੇ ਮੈਂ ਆ ਜਾਣਾ ਬੜੀ ਬੜੀ ਮੈਂ ਇਸ ਰਾਤ ਨੂੰ ਜਾਂਦਾ ਰਿਆ ਸੌਰੇ ਮਾਤਾ ਨੂੰ ਮਿਲਣ ਵਾਸਤੇ ਇੱਕ ਵਾਰ ਫਿਰ ਮੈਂ ਅਖੀਰ ਜਗ੍ਹਾ ਇੱਕ ਬੰਦਰੂ ਗਿਆ ਮੈਂ ਉਹਦੇ ਦੇਖਿਆ ਮਾਤਾ ਮੇਰੀ ਬਿਮਾਰ ਹੈ ਬੇਹੋਸ਼ ਪਈ ਹੋਈ ਹੈ ਬੋਲ ਵੀ ਨਹੀਂ ਸਕਦੀ ਮੇਰਾ ਫਿਰ ਉਸ ਘਰ ਵਾਲ ਨੇ ਵਕੇ ਬੈਠ ਕੇ ਭਾਈ ਥੋੜਾ ਬਹੁਤਾ ਮੇਕੋ ਲੈ ਲੋ ਤੇ ਜੇ ਇਹਦਾ ਅੰਤ ਹੋ ਜਾਤ ਸस्कार ਕਰ ਦੇਣਾ ਹੈ ਕਰੀ ਇਹ ਕਰਕੇ ਮੈਂ ਉਸ ਤੋਂ ਬਾਅਦ ਮੈਨੂੰ ਫਿਰ ਕੋਈ ਮਾਂ ਨਹੀਂ ਮਿਲੀ ਨਹੀਂ ਆਣਾ ਹਾਂ ਮਾਵਾ ਮਾਂ ਹੀ ਹੁੰਦੀ ਜਾਣੇ ਬਿਲਕੁਲ ਜੀ ਬਿਲਕੁਲ ਤੇ ਸੱਚ ਮੈਨੂੰ ਮਿਲਿਆ ਅਥਰਵਾ ਮਾਂ ਮਾਂ ਨਹੀਂ ਔਰ ਜਿੰਨੀ ਜ਼ਮੀਨ ਬਾਬਾ ਜੀ ਉਧਰ ਸੀ ਪੈ ਗਈ ਇਧਰ ਉਹਨੀ ਇਹ ਇਹਦੀ ਥੋੜੀ ਕੱਟੀ ਗਈ ਨਾ ਹਾਂ ਮੇਰੀ ਕੱਟੀ ਗਈ ਆ ਰਾਸ਼ਾ ਜਰੇ ਬਲੇ ਨੇ ਹਾਂਜੀ ਇਹ ਕਟਕੇ ਬਲੇ ਨੇ ਹਾਂ ਹਾਂ ਤੇ ਸਾਰਿਆਂ ਦਾ ਇਸੇ ਹੋਇਆ ਕਿੰਨੀ ਮਿਲੀ ਫੇਰ ਇਧਰ ਆ ਗਏ ਸਾਢੇ ਸਾਢੇ ਆਪਣੀ ਸੀ 3 ਕਿਲੇ ਹਾਂ 3 ਕਿਲੇ ਸੀਗੀ ਸਾਡੀ ਇੱਕ ਦਾਦੀ ਸੀਗੀ ਨਵਾਲਦ ਹਾਂ ਉਹ ਸੀਗੀ ਉਹ 15 ਕਿਲੇ ਸਾਨੂੰ ਮਿਲੀ 15 ਸਾਢੇ ਚਾਚੇ ਨੂੰ ਮਿਲੀ ਹਾਂ ਉਹ ਸਾਦਾ ਪਾਈਵਾਲ ਸੀਗਾ ਹਾਂਜੀ ਇਹ 45 ਕਿਲੇ ਹੜੀ ਜੀਨ ਸੀ ਇੱਥੇ ਅੱਛਾ ਜੀ ਇਹ ਤੇ ਗੁਰੂ ਸਮਾਨ ਸੀ ਸਾੜੀ ਜੀ ਵੀਰ ਲੜਿਆੜੀ ਜੀ ਵੀਰ ਹੂੰ ਮੱਦੀਪੁਰ ਜੀ ਵੀਰ ਨਰੈਣਗਰ ਜੀ ਵੀਰ ਸਾਉਂਦ ਸਾਉਂਦ ਦੇ ਪਿੰਡ ਜੀ ਵੀਰ ਹੂੰ ਇਹਨਾਂ ਪਿੰਡਾਂ ਸਾੜੀ ਜੀ ਵੀਰ ਸਹੀ ਹੈ ਅੱਛਾ ਬਾਬਾ ਜੀ ਹੁਣ ਤੁਹਾਡੇ ਤੋਂ ਲਾਸਟ ਸਵਾਲ ਪੁੱਛਦੇ ਆ ਜਿਹੜਾ ਸਮਾਂ ਆ ਚੱਲਦਾ ਪਿਆ ਨਾ ਹਾਂਜੀ ਤੁਹਾਨੂੰ ਇਹ ਵਧੀਆ ਲੱਗਦਾ ਕਿ ਤੁਹਾਡਾ ਪੁਰਾਣਾ ਸਮਾਂ ਵਧੀਆ ਸੀਗਾ ਪੁਰਾਣਾ ਵੀ ਚੰਗਾ ਸੀਗਾ ਇਹ ਵੀ ਚੰਗਾ ਹਾਂ ਕਿਉਂਕਿ ਮੈਂ ਸਹੀ ਦੱਸਾਂ ਮਹਾਰਾਜ ਕਿਰਪਾ ਨਾਲ ਅਸੀਂ ਜਿਉ ਹੋਂ ਸਮਾਲੀ ਜਨਾ ਆ ਕੋਈ ਤੰਗੀ ਨਹੀਂ ਲੱਗੀ ਹੂੰ ਉਹ ਕੋਈ ਤੰਗਰੀ ਨਹੀਂ ਕੋਈ ਨਹੀਂ ਜਿੱਦਾਂ ਪਿਆਰ ਪੱਖੋਂ ਗੱਲ ਆਈ ਸੀ ਪਿਆਰ ਦਿੱਤਾ ਤੇ ਪਿਆਰ ਤੇ ਬਹੁਤ ਸੀਗਾ ਹਾਂ ਇਧਰ ਵੀ ਪਿਆਰ ਬਹੁਤ ਹੈ ਅਜੇ ਵੀ ਹੈਗਾ ਆ ਅਜੇ ਪਿਆਰ ਆ ਗਿਆ ਆਪੋ ਸਾਡੀ ਸ਼ਿਕਾ ਬਰਾਦੀ ਚ ਬਹੁਤ ਪਿਆਰ ਹੈ ਦੁੱਖ ਸੇ ਸ਼ਾਮਲ ਠੀਕ ਆ ਜੀ ਬਹੁਤ ਪਿਆਰ ਉਧਰ ਵੀ ਹੀ ਸਾਡਾ ਹੈ ਤੇ ਚਲੋ ਠੀਕ ਆ ਜੀ ਕਿਤਿਆਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਤੇ ਜੋ ਪੁਰਾਣਾ ਇਤਿਹਾਸ ਪਿੰਡ ਸਹੋਵਾਲ ਦਾ ਇਹਨਾਂ ਨੇ ਸਾਡੇ ਕੋਲ ਰੂਪ ਦਿੱਤਾ ਨਾ ਤੇ ਜੇ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਵੀ ਕੋਈ ਗਲੀ ਗਵਾਂਡ ਕੋਈ ਮੁਹੱਲੇ ਚ ਬਜ਼ੁਰਗ ਹੈਗਾ ਤਾਂ ਉਹਦੀ ਜਿਹੜੀ ਵੀਡੀਓ ਆ ਸਾਡੇ ਚੈਨਲ ਧਰਤੀ ਦੇਸ਼ ਪੰਜਾਬ ਤੇ ਹੋਣੀ ਚਾਹੀਦੀ ਆ ਤੇ ਸੰਦੇ ਸਾਡੇ ਨਾਲ ਜਰੂਰ ਸੰਪਰਕ ਕਰਿਓ ਅਸੀਂ ਨੰਬਰ ਦਿੱਤੇ ਹੋਏ ਨੇ ਤੇ ਗਾਹ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਜੀ ਖੁਦਾ ਹਾਫ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ ਸਹੀ ਠੀਕ